ਹੋ ਗਿਆ ਦੁੱਧ ਦੇ ਰਿਹਾ ਸਾਂ ਬੋਲਦਾ ਬੋਲਣਾ ਨਾ ਜੀ ਕੱਦੀ ਭੂਤ ਉਹ ਕੀ ਹੋ ਗਿਆ ਅੰਦਰ ਤੇ ਛੋਟੀ ਮਾਰੀ ਉਹ ਖੂਨ ਨਿਕਲ ਆਇਆ ਇਹਦਾ ਕਿੰਨੀ ਮਾਰੀ ਛੋਟੀ ਆ ਦੇਖ ਲਾ ਭੂਆ ਖਾਸ ਹੀ ਬੱਜੀ ਹੋਰ ਮੈਂ ਤਾਂ ਬਥੇਰਾ ਸਮਝਾਈ ਜਾਂਦੀ ਸੀ ਉਦੋਂ ਦੀ ਅੰਦਰ ਵੀ ਭਾਈ ਨਾ ਇੰਨਾ ਕਰ ਮੈਨੂੰ ਤਾਂ ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਛੋਟੀ ਚੱਕ ਲਿਆ ਇਹ ਬੱਗੇ ਨੂੰ ਬਥੇਰਾ ਸਮਝਾਇਆ ਸੀ ਅੰਦਰ ਸਮਝਿਆ ਨੀ ਹੈਗਾ ਮੈਨੂੰ ਤਾਂ ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਸੋਟੀ ਚੱਕ ਲਿਆ ਮੈਂ ਬਥੇਰਾ ਸਮਝਾਇਆ ਬੱਗੇ ਤੇਰਾ ਵੱਡਾ ਭਾਈ ਆ ਆਏ ਨਾ ਉਹ ਕਰੀ ਪੁੱਤ ਕਹਿੰਦਾ ਉਹਨੇ ਖੇਤੋਂ ਕਹਿੰਦਾ ਮੈਂ ਤਾਂ ਦੇਖੂਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਅੰਦਰੋਂ ਕਿਹੜੇ ਵੇਲੇ ਸੋਟੀ ਚੱਕ ਲਿਆ ਮੈਨੂੰ ਕਹਿੰਦਾ ਪਾਣੀ ਪੀ ਕੇ ਆਉਣਾ ਆਹ ਲਾ ਲਓ ਗਿੱਲੀ ਪੱਟੀ ਹੈਗੀ ਖੂਨ ਨਹੀਂ ਨਿਕਲੂਗਾ ਲੈ ਜਾ ਹੁਣ ਲੈ ਜਾ ਡਾਕਟਰ ਦੇ ਲੈ ਜਾ ਮਾਰ ਕੇ ਸੱਟ ਉਹਦੇ ਦੇਖਣਾ ਕੀ ਹੈ ਮੈਂ ਤਾਂ ਸੋਚ ਹੀ ਨਹੀਂ ਸੀ ਮਾਂ ਕਦੇ ਮੈਂ ਮਾਰੂਗਾ ਮੈਨੂੰ ਤਾਂ ਆਪ ਨੂੰ ਸੀ ਪਤਾ ਮਾਰੂਗਾ ਮੈਂ ਤਾਂ ਅੰਦਰ ਜਾਂਦਾ ਸੀ ਸੋਚਦੀ ਆ ਕੇ ਮੌਜ ਨਾਲ ਅੰਦਰ ਪੈ ਗਿਆ ਉਹਦਾ ਸਿਰ ਪਾੜਤਾ ਮੈਂ ਤਾਂ ਕਿੰਨਾ ਸਮਝਾਇਆ ਕੰਜਰਾ ਆ ਕੀ ਕਰਤਾ ਉਹਦਾ ਸਿਰ ਪਾੜਤਾ ਤੈ ਮਾਰ ਕੇ ਕਾਹਨੂੰ ਭੂਆ ਜਦੋਂ ਤਾਂ ਉਹਨੂੰ ਧੱਕਾ ਦੇਖ ਕੇ ਮੈਨੂੰ ਤਾਂ ਉਦੋਂ ਦੇ ਅੰਦਰ ਅੱਗ ਲੱਗੀ ਪਈ ਆ ਜੀ ਮਹਾ ਉਹ ਲੱਗਾ ਤੈਨੂੰ ਗੱਲਾਂ ਚਲਾਈ ਬੈਠਾ ਸੀ ਪਾਣੀ ਦਾ ਮਨ ਲਾ ਕੇ ਤਾਂ ਗਿਆ ਸੀ ਮੈਂ ਤੇ ਮੂਰੇ ਨਾਜ਼ਿਕ ਤੇ ਡਾਂਗ ਨਾ ਵੱਜੇ ਉਹਦੇ ਮੈਂ ਤਾਂ ਹੀ ਦਾ ਮਗਰ ਭੱਜੀ ਗਈ ਆ ਮੈਂ ਆਖਿਆ ਮੈਂ ਪਤਾ ਨਹੀਂ ਕੀ ਹੋ ਗਿਆ ਸੋਟੀ ਕਾਹਦੇ ਚੱਕ ਕੇ ਲੈ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਤਦ ਉਹ ਸਿਰ ਪਾੜਤਾ ਹੁਣ ਤੈਨੂੰ ਪਤਾ ਲੱਗੂਗਾ ਨਾ ਇਹ ਕੰਮ ਕਰੇਗਾ ਖੇਤ ਜਾ ਕੇ ਦੇਖਾਂਗੇ ਜੀਰੀ ਸਾਹ ਲੈਗਾ ਤੂੰ ਉਹ ਬਿਠਾ ਤਾ ਮੰਜੇ ਚ ਮਾਰ ਕੇ ਸੋਟੀ ਭੈਣ ਮਰਾਵੇ ਜੀਰੀਆਂ ਜੂਰੀਆਂ ਮੈਨੂੰ ਨੀ ਪਤਾ ਜੇ ਮੈਂ ਪੈਸੇ ਮੰਗਦੀ ਤਾਂ ਨੀ ਮੈਨੂੰ ਪੈਸੇ ਦਿੰਦਾ ਸੌ ਸੌ ਕੁਛ ਬੋਲਦਾ ਸੀਗਾ ਮੈਂ ਨੀ ਉਹ ਕਰਦਾ ਕਰਦਾ ਹੈਗਾ ਆਪੀ ਕਰ ਲੂਗਾ ਜੇ ਕਰਨਾ ਹੋਊਗਾ ਮੈਨੂੰ ਨੀ ਕੁਛ ਪਤਾ ਜੀਰੀਆਂ ਜੂਰੀਆਂ ਕਈ ਵਾਰੀ ਪੈਸਾ ਹੁੰਦਾ ਬਈ ਕਈ ਵਾਰੀ ਨਹੀਂ ਹੁੰਦਾ ਵਗਿਆ ਤਾਂ ਪੈਸਿਆਂ ਪਿੱਛੇ ਨਹੀਂ ਡਾਂਗ ਮਾਰਨੀ ਆੜਤੀ ਦੇ ਗਿਆ ਨੀ ਹੋਣਾ ਹੈਗਾ ਜੇ ਆੜਤੀ ਤੇ ਗਿਆ ਹੁੰਦਾ ਤੈਨੂੰ ਪੈਸੇ ਦੇ ਦਾਂਦਾ ਦੋ ਦਿਨ ਮੰਗ ਰੋ ਪਵਾ ਲਾਂਦਾ ਅੱਗੇ ਤਾਂ ਕਦੇ ਬੋਲਿਆ ਨੀ ਆਇਆ ਮੈਨੂੰ ਮੈਨੂੰ ਲੱਗਦਾ ਭਾਬੀ ਨੇ ਲਾਈਆਂ ਹੋਈਆਂ ਨੇ ਉਂਗਲਾਂ ਇਹਨੂੰ ਤਾਂ ਕਰਕੇ ਉਹ ਕਰਦਾ ਅੱਗੇ ਕਦੇ ਵੀ ਨਹੀਂ ਬੋਲਿਆ ਮੇਰੇ ਨਾਲ ਜਾਂ ਲੜਿਆ ਨੀ ਅੱਜ ਤੜਕੇ ਦੀ ਧੱਕਾ ਦੇ ਕੇ ਡੇਕ ਕੇ ਗਿਆ ਤਾਂ ਡਾਂਗ ਨੀ ਸੀ ਮਾਰਨੀ ਮੜਾ ਇਹ ਧੱਕਾ ਹੀ ਦੇ ਕੇ ਮੰਜੇ ਤੇ ਡੇਕ ਕੇ ਗਿਆ ਸੀਗਾ ਚੱਲ ਫੇਰ ਕੀ ਹੋ ਗਿਆ ਸੀਗਾ ਜੇ ਤੈਨੂੰ ਧੱਕਾ ਦੇਤਾ ਸੀ ਤੇਰਾ ਵੱਡਾ ਭਾਈ ਸੀਗਾ ਨਾ ਜੇ ਵੱਡਾ ਭਾਈ ਉਹਨੂੰ ਸਿੱਤੇ ਵਾਲੀ ਮੈਂ ਇੱਥੋਂ ਨਹੀਂ ਆਇਆ ਕੁਛ ਚੱਲਿਆ ਜਾਂਦਾ ਹੈਗਾ ਚਾਂਬੜਿਆ ਹੋਇਆ ਤੇਰੀ ਮਾਂ ਲੈ ਕੇ ਗਈ ਹੋਈ ਆ ਵਿੰਦਰ ਨੂੰ ਡਾਕਟਰ ਤੇ ਪਾ ਜਾ ਮੋਟਰਸਾਈਕਲ ਲੈ ਕੇ ਵਗ ਜਾ ਉਹਨੂੰ ਬਿਠਾ ਲਿਆ ਤੂੰ ਜਾ ਬੂਆ ਮੈਂ ਨਹੀਂ ਆਂਦਾ ਮੈਨੂੰ ਨਹੀਂ ਪਤਾ ਬੂਆ ਮੱਚ ਜਾ ਕਿੰਨਾ ਖੂਨ ਸਫੇਦ ਹੋਇਆਗਾ ਜਮੀ ਨੇ ਆਖੇ ਲੱਗਦਾ ਹੈਗਾ ਭਾਈ ਦੇ ਮਾਰ ਕੇ ਡਾਂਗ ਅੰਦਰ ਆ ਕੇ ਪੈ ਗਿਆ ਐ ਨਹੀਂ ਗਾ ਵੀ ਮੈਂ ਮੋਟਰਸਾਈਕਲ ਤੇ ਜਾ ਕੇ ਬਿਠਾ ਲਿਆ ਵਾ ਵਧੀਆ ਹੋ ਗਿਆ ਭੂਆ ਦੇ ਆਖੇ ਨਹੀਂ ਲੱਗਿਆ ਹੈਗਾ ਜੇ ਮਾੜੇ ਭੂਆ ਦੇ ਕਹੇ ਤੋਂ ਵਗ ਜਾਂਦਾ ਫਿਰ ਮੈਨੂੰ ਕੋਈ ਬਹਾਨਾ ਨਹੀਂ ਮਿਲਣਾ ਸੀ ਫਿਰ ਭੂਆ ਕਹਿ ਦਿੰਦੀ ਵੀ ਨਾ ਭਾਈ ਚੱਲ ਕੋਈ ਗੱਲ ਨਹੀਂ ਤੁਸੀਂ ਅੱਡ ਹੋਣ ਵਾਲੀ ਗੱਲ ਨਾ ਕਰੋ ਮੈਂ ਹੁਣ ਵਧੀਆ ਹੋ ਗਿਆ ਉਹਦੇ ਆਈ ਤੋਂ ਸੇੜਾ ਛਿੜ ਗਿਆ ਕਰਵਿੰਦਰ ਦੇ ਸੱਟ ਤਾਂ ਵੱਜੀ ਦੁੱਖ ਤਾਂ ਲੱਗਿਆ ਹੋਊ ਵਿਚਾਰੇ ਦੇ ਖਰ ਪਰ ਮੇਰਾ ਕੰਮ ਲੋਟ ਆ ਗਿਆ ਹੁਣ ਕੋਈ ਨਹੀਂ ਕਹਿ ਸਕਦਾ ਵੀ ਨਾ ਭਾਈ ਅੱਡ ਨਾ ਕਿਉਂ ਜਦੋਂ ਹੁਣ ਉਹੀ ਗੱਲ ਡਾਂਗ ਹੀ ਚੱਕ ਲਈ ਮੈਨੂੰ ਤਾਂ ਬਹਾਨਾ ਹੀ ਹੈ ਮੈਂ ਤਾਂ ਇਹੀ ਕੰਮ ਭਾਲਦੀ ਸੀ ਹੁਣ ਤਾਂ ਅੱਡ ਹੋਣ ਦੀ ਗੱਲ ਵੱਗ ਗਈ ਬਸ ਸਿਰੇ ਤੇ ਮੌਜਾਂ ਕਰਾਂਗੀ ਨਾ ਇਹਨੂੰ ਪਤਾ ਲੱਗ ਜੂਗਾ ਕਿ ਮੈਂ ਵਿਹਲਾ ਖਾਂਦਾ ਹੈਗਾ ਕੀ ਕਰਦਾ ਕਿ ਮੈਂ ਪੈਸੇ ਲੈਂਦਾ ਹੈਗਾ ਚੱਲ ਦੇਖਦੀ ਹਾਂ ਜੀ ਭੂਆ ਕਿੱਧਰ ਵੱਗ ਗਈ ਬਾਹਰੇ ਵੱਗ ਗਈ ਕੀ ਕਹੀ ਜਾਂਦੀ ਸੀ ਭੂਆ ਤੋਂ ਬੱਗੇ ਨੂੰ
ਮੈਂ ਤਾਂ ਅੱਗੇ ਨੂੰ ਕਹਿੰਦੀ ਸੀ ਮੈਂ ਜਿਹੜਾ ਸੋਟੀ ਮਾਰਨ ਵਾਲੀ ਤਾਂ ਮਾਰੀ ਤੂੰ ਵਗ ਜਾ, ਮੈਂ ਕਿਹਾ ਉਹਨੂੰ ਲੈ ਆ ਤੇਰੀ ਮਾਂ ਲੈ ਕੇ ਗਈ ਹੋਈ ਆ, ਉਹ ਤਾਂ ਮੌਜੀ ਨਾਲ ਅੰਦਰ ਪੈ ਗਿਆ ਤੇ ਕਹਿੰਦਾ ਮੈਂ ਤਾਂ ਜਾਂਦਾ ਨੀ। ਲੈ ਦੇਖ ਲਾ ਜੇ ਭੂਆ ਉਹ ਇੰਨਾ ਤਰਸ ਕਰਦਾ ਹੁੰਦਾ ਫਿਰ ਸੋਟੀ ਮਾਰਦਾ ਕਾਹਨੂੰ। ਮੈਨੂੰ ਤਾਂ ਪਤਾ ਹੀ ਨੀ ਲੱਗਿਆ, ਮੈਂ ਤਾਂ ਟਕਿਆਈ ਜਾਂਦੀ ਸੀਗੀ ਵੀ ਕਿਹੜੇ ਵੇਲੇ ਸੋਟੀ ਚੱਕ ਕੇ ਉਹਦੇ ਆ ਕੇ ਮਾਰੀ। ਉਹ ਤਾਂ ਉਹੀ ਗੱਲ ਆ, ਉਹਦੇ ਤੇ ਢਿੱਡ ਚ ਉਦੋਂ ਦੀ ਘਰੋੜ ਰੱਖੀ ਬੈਠਾ ਸੀ, ਤੁਹਾਡੇ ਨਾਲ ਤਾਂ ਉਹੀ ਬੈਠਾ ਗੱਲਾਂ ਕਰੀ ਗਿਆ ਉਹ। ਉਹਦੀ ਨਿਗਾਹ ਤਾਂ ਵਾਰ ਕਰਨੀ ਹੋਈ ਸੀਗੀ, ਮੈਨੂੰ ਤਾਂ ਜਮੀ ਨੀ ਪਤਾ ਲੱਗਿਆ, ਮੈਨੂੰ ਤਾਂ ਜਦੋਂ ਉਹਦੇ ਬਾਹਰ ਜਾ ਕੇ ਲੰਘ ਕੇ ਸੋਟੀ ਮਾਰੀ ਮੈਨੂੰ ਤਾਂ ਫੇਰ ਪਤਾ ਲੱਗਿਆ, ਉਹ ਤਾਂ ਫੇਰ ਭੱਜ ਕੇ ਆਈ। ਪਤਾ ਤਾਂ ਕਿੱਥੋਂ ਲੱਗੇ ਭੂਆ ਤੁਹਾਡੇ ਤਾਂ ਕੀ ਸਾਰੇ ਹੈਗਾ ਦੇਖ, ਜਦੋਂ ਤੁਹਾਨੂੰ ਉਹੀ ਭੁਲੇਖ ਹੀ ਦੇ ਗਿਆ। ਮੈਂ ਤਾਂ ਭੁਲੇਖਾ ਹੀ ਦੇ ਗਿਆ ਹੋਰ। ਹਾਂ ਤੇ ਲੈ ਦੇਖ ਲਾ ਏਡਾ ਚੰਬਲਿਆ ਹੋਇਆ ਭੂਆ ਜੀ, ਕੋਈ ਆਇਆ ਆਪਦੇ ਵੱਡੇ ਦੇ ਭਾਈ ਦੇ ਹੱਥ ਚੱਕਦਾ ਹੁੰਦਾ, ਤਰਸ ਕਰਿਆ ਉਹਨੇ ਮਾੜਾ ਮੋਟਾ। ਕਾਹਨੂੰ ਤਰਸ ਨੀ ਕਰਿਆ ਹੈਗਾ, ਜੇ ਤਰਸ ਕਰਦਾ ਫਿਰ ਮਾਰਦਾ ਕਿਉਂ? ਹਾਂ ਹਜੇ ਫਿਰ ਉਹੀ ਗੱਲ ਆ, ਜੇ ਮੈਂ ਬੋਲੂੰਗੀ ਤਾਂ ਫਿਰ ਭੈਣ ਭਾਈ ਐ ਕਹਿ ਦਿੰਦਾ ਵੀ ਖਵਨੀ ਕੁਲਵਿੰਦਰ ਦਾ ਵੱਧ ਹੈਗਾ, ਉਹ ਬੋਲਦੀ ਹੈਗੀ। ਫਿਰ ਆਇਲਾ ਐ ਕਹਿ ਦਿੰਦਾ ਵੀ ਭਰਜਾਈ ਉਂਗਲਾਂ ਲਾਉਂਦੀ ਹੈਗੀ। ਹਾਂ ਹੋਰ ਲੈ ਚੱਲ ਆ ਗਏ ਭੂਆ ਪੱਟੀ ਕਰਾ ਕੇ, ਉਥੋਂ ਇੱਥੇ ਬਹਿ ਜਾਣਗੇ ਹਨਾ, ਹਵਾ ਵੀ ਬਹਿ ਜਾਣਗੇ। ਹਾਂ ਇੱਧਰ ਨੂੰ ਬੇਬੇ ਦੇਖ ਕੇ ਤੂੰ ਡਿੱਗਣਾ ਭਾਈ ਪੌੜੀਆਂ ਤੋਂ। ਨਹੀਂ ਦੇਖ ਕੇ ਚੜੂੰਗਾ। ਹੋਰ ਅੱਛੇ ਬਹਿ ਜਾਂਦਾ ਪਾਣੀ ਲਿਆਉਣ ਤੇ ਪਾਣੀ ਪੀ ਲੈਂਦਾ, ਪਾਣੀ ਪੀ ਕੇ ਪਈ ਮੈਂ ਤਾਂ ਹਜੇ ਐਂ ਕਹੀ ਜਾਂਦੀ ਸੀ ਟਕਿਆਉਂਦੀ ਸੀ ਵੀ ਟਿਕ ਜਾਣਗੇ, ਮੈਨੂੰ ਕੀ ਪਤਾ ਸੀਗਾ ਸੋਟੀ ਚੱਕ ਕੇ ਵੀ ਮਗਰ ਪੈ ਗਿਆ ਤੇ ਜਾ ਕੇ। ਮੈਂ ਕਿਹੜਾ ਮੈਂ ਕਹਿੰਦੀ ਡਾਂਗ ਮਾਰ, ਮੈਂ ਤਾਂ ਉਹਨੂੰ ਕਹਿੰਦੀ ਵੀ ਨਾ ਭਾਈ ਤੂੰ ਟਿਕ ਜਾ ਕਰ, ਨਹੀਂ ਚੱਲ ਕੋਈ ਗੱਲ ਨੀ ਜੇ ਤੇਰੇ ਭਾਈ ਨੇ ਮਾਰਿਆ। ਉਹਨੂੰ ਤਾਂ ਕਹਿੰਦੀ ਨੀ ਵੀ ਟਿਕ ਜਾ ਕਰ, ਮੈਨੂੰ ਹੀ ਕਹਿੰਦੀ ਰਹਿੰਦੀ ਆ ਵੀ ਤੂੰ ਨਾ ਬੋਲ ਤੂੰ ਨਾ ਬੋਲ, ਜੇ ਉਹਨੂੰ ਟਿਕ ਜਾ ਕਹੇ ਉਹ ਚੁੱਪ ਨਾ ਕਰੇ ਉਹ। ਨਹੀਂ ਗੁਰਵਿੰਦਰ ਤੇਰੇ ਵਿੱਚ ਜਵਾਹ ਹੈ, ਮੈਂ ਬਹੁਤ ਕਿਹਾ ਸੀ ਚੱਲ ਹੁਣ ਚੁੱਪ ਕਰ ਜਾ, ਹੁਣ ਤਾਂ ਉਹਨੂੰ ਬਿੰਦਰਾਮ ਕਰ ਲਾਂਦੇ ਉਹਦੇ ਸੱਟ ਵੱਜੀ, ਹੁਣ ਨੀ ਚੁੱਪ ਹੋਇਆ ਜਾਂਦਾ ਭੂਆ ਜੀ। ਹੁਣ ਤਾਂ ਐਂ ਸ਼ੁਕਰ ਮਨਾਉਂਦੀ ਆ ਮੈਂ ਵੀ ਚੁੱਪ ਮੌਕੇ ਤੇ ਆਏ ਹੋਏ ਸੀਗੇ ਤੁਸੀਂ, ਤੇ ਹੁਣ ਤਾਂ ਅਸੀਂ ਸੜਕ ਰਾਕੀ ਜਾਈਂ ਸਰ। ਨਾ ਗੁਰਵਿੰਦਰ ਆ ਲਾਕੂਗਾ ਭੂਆ ਅੱਡ ਕਰਾ ਗਈ, ਮੈਂ ਕਿਹੜਾ ਅੱਡ ਕਰਾਉਣ ਆਈ ਸੀਗੀ। ਨਾ ਭੂਆ ਲੋਕ ਤਾਂ ਐਂ ਵੀ ਕਹਿਣਗੇ ਵੀ ਜਦੋਂ ਭੂਆ ਦੇ ਹੁੰਦੇ ਆ ਕੁਛ ਹੋ ਗਿਆ ਸੀ ਵੀ ਭੂਆ ਨੇ ਕੋਈ ਗੱਲ ਕਰਨੀ ਸੀ ਬਹਿ ਕੇ। ਨਹੀਂ ਕੁਲਵਿੰਦਰ ਮੈਨੂੰ ਐ ਆਖਣਗੇ ਵੀ ਭੂਆ ਆਈ ਸੀ ਅੱਡ ਕਰਾ ਗਈ, ਮੈਂ ਕਿਹੜਾ ਤੁਹਾਡਾ ਬਨਵਾਰਾ ਕਰਾਉਣ ਆਈ ਹੈਗੀ, ਮੈਂ ਤਾਂ ਮਿਲਣ ਆਈ ਜੀ ਗਾਹ ਤਰਫ ਫੜਾਕੂਗਾ ਵੀ 6 ਮਹੀਨਿਆਂ ਬਾਅਦ ਗਈ ਸੀ ਕਰਾਇਆ ਹੀ ਉਹਨਾਂ ਨੂੰ ਅੱਡ। ਨਹੀਂ ਭੂਆ ਹੁਣ ਤਾਂ ਬਟਵਾਰੇ ਚ ਹੀ ਫਾਇਦਾ ਹੈ, ਤੈਨੂੰ ਪਤਾ ਹੈ ਜਦੋਂ ਹੁਣ ਖੂਨ ਖਰਾਬਿਆਂ ਤੀਕਰ ਗੱਲ ਪਹੁੰਚ ਗਈ। ਹੋਰ ਗੁਰਵਿੰਦਰ ਬਟਵਾਰੇ ਦੀ ਗੱਲ ਨਾ ਕਰੋ, ਮੇਰਾ ਤਾਂ ਤਾਜ਼ਾ ਵਾਰਦਾ ਹੈ, ਮੇਰੇ ਪੁੱਤਰ ਦੋ ਜਵਾਨ ਦੇ ਕਮਾ ਤੱਕ ਦੇ ਨਹੀਂ ਜਾਂਦੇ, ਤੇ ਇੱਥੋਂ ਤਾਂ ਨਹੀਂ ਚੱਲੇ ਜਾਂਦੇ, ਫਿਰ ਉਹ ਡਾਂਗ ਦਾ ਝੱਲ ਲਈ ਹੋਣੇ ਉਹ ਖੁਸ਼ ਹੈ। ਮੈਂ ਖੁਸ਼ ਨਹੀਂ ਹੈਗੀ, ਢਿੱਡ ਮੇਰਾ ਕਿਹੜਾ ਹੈਗਾ ਵੀ ਮੇਰੇ ਪੁੱਤ ਦੇ ਡਾਂਗ ਵੱਜੀ, ਮੈਂ ਉਹਨੂੰ ਕਿਹੜਾ ਸਮਝਾਉਂਦੀ ਹਾਂ। ਜੇ ਸਮਝਾਇਆ ਹੁੰਦਾ ਉਹ ਅੱਜ ਇਹ ਕਦਮ ਚੱਕਦਾ ਨਹੀਂ ਸੀਗਾ। ਕੁਲਵਿੰਦਰ ਹੱਥ ਮਾਰਦੇ ਇਹ ਕੰਮ ਨਾ ਚੱਕੋ ਤੁਸੀਂ ਅੱਡ ਹੋਣ ਦਾ, ਤੂੰ ਬਾਹਲੇ ਖੇਖਣ ਜੇ ਨਾ ਕਰ ਬੇਬੇ, ਦੁਨੀਆਂ ਦੀ ਪੁੱਤ ਅੱਡ ਹੁੰਦੇ ਨੇ, ਦੁਨੀਆਂ ਦੀ ਮਾਵਾਂ ਹੁੰਦੀਆਂ ਨੇ, ਸਭ ਦੇ ਪੁੱਤਾਂ ਦੀਆਂ ਜਿਹੜੇ ਅੱਡ ਹੁੰਦੇ ਨੇ, ਤੂੰ ਕੋਈ ਲੋਲੀ ਮਾਂ ਨੀ ਹੈਗੀ, ਤੂੰ ਇਹ ਚੱਚਰ ਜੇ ਸੜਦੇ ਤੇਰਾ ਕਾਲਜਾ ਪਾੜਦਾ ਇੱਥੇ ਬੰਦੇ ਨੂੰ ਮਰਵਾ ਦੇਗੀ ਕਿਸੇ ਨੂੰ।
ਅਸੀਂ ਤਾਂ ਹੁਣ ਬਟਵਾਰਾ ਕਰਕੇ ਹਟਾਂਗੇ, ਅਸੀਂ ਰਹਿੰਦੇ ਨਹੀਂ ਹੈਗੇ। ਨਹੀਂ ਬੇਬੇ, ਹੁਣ ਤਾਂ ਬਟਵਾਰੇ ਕਰੀ ਚ ਫਾਇਦਾ। ਕੋਈ ਨਾ ਵਿੰਦਰਾ, ਕਰਦੇ ਆ ਗੱਲ ਆਪਾਂ। ਉਹ ਨਹੀਂ ਭੂਆ, ਹੁਣ ਉਹਨੇ ਮੇਰੇ ਬਾਰੇ ਗੁੱਸੇ ਕਦੇ ਮੈਥੋਂ ਉਹਦੇ ਬੱਜੀ, ਉਹ ਕਹਿੰਦੀ ਜਾਣ ਨਿਕਲ ਜੂ, ਕੀ ਫਾਇਦਾ ਕੀ ਆ। ਕੋਈ ਨਾ, ਕਰਦੇ ਆ ਗੱਲ। ਤੇ ਜਾ ਦੇ ਬਾਬੇ ਕੰਮ। ਮੈਂ ਹੱਥ ਬੰਨ੍ਹਦੀ ਆ ਤੇਰੇ ਮੂਹਰੇ, ਤੂੰ ਦੇਖਣਾ ਨਾ ਟਕਿਆ ਜਾ ਕੇਰਾ। ਕੋਈ ਨਾ, ਦੇਖਦੇ ਆ ਟਕੇ ਆਉਨੇ ਆਗੇ। ਹੋਰ ਐਂ ਕਹਿੰਦੇ ਮੈਂ ਤਾਂ ਤੇਰਾ ਟਿਕ ਜਾਣਾ, ਚੱਲ ਤਾਂ ਆਪੀ ਜੋ ਪਰਮਾਤਮਾ ਸੁੱਖ ਰੱਖੂਗਾ ਤਾਂ ਨੂੰ ਲੱਗਣਾ। ਚਲਾ ਹੋ, ਹੁਣ ਘੱਟ ਵੱਜੀ ਆ ਟਕਿਆ ਕੇ, ਐਂ ਵੀ ਦੋ ਚਾਰ ਦਿਨਾਂ ਨੂੰ ਸਮਾਰ ਕੇ ਸਿਰ ਪਟਵਾ ਦੂੰ ਇਹਦਾ। ਨਹੀਂ ਕੋਈ ਨਾ ਕੁਲਵਿੰਦਰ, ਸਮਝਾਵਾਂਗੇ। ਹੁਣ ਉਹ ਕੁਮਾਰਾ ਬੈਠਾ ਵਿਆਹਿਆ ਹੋਇਆ ਗਾ, ਫਿਰ ਹੁਣ ਐ ਵੀ ਦੇਖਣਾ ਵੀ ਉਹਨੂੰ ਵੀ ਵਿਆਹਣਾ ਗਾ। ਨਾ ਪੂਆ ਜੀ, ਐ ਦੱਸ ਫਿਰ, ਹੁਣ ਜੇ ਉਹ ਕੁਮਾਰਾ ਬੈਠਾ, ਅਸੀਂ ਮਰਜੀ ਉਹਦਾ ਡਾਂਗਾ ਖਾਖਾ, ਤੁਸੀਂ ਕਹੋਗੇ ਸਾਨੂੰ ਵਿੱਚੀ। ਕੋਈ ਨਾ, ਹੁਣ ਨਹੀਂ ਮਾਰਦਾ ਹੈਗਾ ਡਾਂਗ, ਹੁਣ ਸਮਝਾ ਕੇ ਜਾਓਗੇ। ਪੁੱਛ ਕੇ ਮਾਰੀਏ, ਤੇਰੇ ਕੋਲੇ ਬੈਠੀ ਤਾਂ ਉੱਠ ਕੇ ਵਾ ਗਿਆ ਉਹ, ਤੈਨੂੰ ਦੱਸਿਆ ਕਿ ਮੈਂ ਡਾਂਗ ਮਾਰਾਂ ਕਿ ਨਾ ਮਾਰਾਂ? ਨਹੀਂ ਦੱਸਿਆ ਤਾਂ ਨਹੀਂ, ਫਿਰ ਵੀ ਹੁਣ ਮਾੜੀ ਮੋਟੀ ਤਾਂ ਉੱਥੇ ਚ ਵੜੂਗੀ ਵੀ ਹਾਂ ਮੇਰੇ ਭਾਈ ਦੇ ਡਾਂਗ ਵੱਜੀ। ਤੂੰ ਬਾਹਰ ਨਾ ਬੁਲਾਓ ਕੋਈ ਜੀ, ਤੁਸੀਂ ਆਇਓ ਮਹਿਮਾਨ ਤੇ ਮੇਰੀ ਗੱਲ ਸੁਣ ਲਓ, ਸਾਡਾ ਬਟਵਾਰਾ ਕਰਕੇ ਜਾਓਗੇ ਤਾਂ ਠੀਕ ਹੈ, ਨਹੀਂ ਇੱਥੇ ਐਵੇਂ ਪੰਚਾਇਤਾਂ ਇਕੱਠੀਆਂ ਕਰਦੇ ਤੁਰੇ ਫਿਰਾਂਗੇ, ਤੁਸੀਂ ਵਧੀਆ ਰਹੋਗੇ, ਪਰ ਅਸੀਂ ਰਹਿੰਦੇ ਤਾਂ ਅਸੀਂ ਹੈ ਨਹੀਂ। ਭੂਆ ਕੰਮ ਜ਼ਿਆਦਾ ਵੱਧ ਗਿਆ, ਹੁਣ ਹੋਣਾ ਨਹੀਂ ਕੰਮ, ਲੋਟ ਮੈਨੂੰ ਲੱਗਦਾ ਡਾਂਗਾਂ ਦੀ ਗੱਲ ਦਾ ਖੂਨ ਖਰਾਬਾ ਹੋਣ ਲੱਗ ਗਿਆ। ਕੋਈ ਨਾ, ਉਹਨੂੰ ਆ ਜਾਂਦੇ ਛੋਟੇ ਨੂੰ, ਉਹਨੂੰ ਪੁੱਛਦੇ ਆ। ਹਾਂ, ਹਜੇ ਵੀ ਸੋਡਾ ਕਰਕੇ ਘਰ ਦੀ ਗੱਲ ਆਪਣੇ ਘਰ ਦੇ ਵਿੱਚ ਰਹਿ ਜੂ, ਤੇ ਬਟਵਾਰਾ ਤਾਂ ਹੁਣ ਹੋ ਗਈ ਰੋ। ਮੈਂ ਤਾਂ ਉਰੇ ਪਾਣੀ ਮੰਗਾ ਦਿੰਦੀ ਵਿੰਦਰਾ ਕੁਲਵਿੰਦਰ ਤੋਂ, ਕਿਸੇ ਚੱਕਰ ਨਾ ਆਈਏ, ਹੌਲੀ ਹੌਲੀ ਜਾਈ ਅੰਦਰ ਵੀ। ਬਲਜੀਤ, ਮੇਰੇ ਤਾਂ ਨਾ ਦਿਲ ਜਿਹਾ ਡੁੱਬਦਾ ਗਾ ਜੀ, ਸਾਡਾ ਉਹਨੂੰ ਕਹਿੰਦੇ ਨੇ ਇੱਕ ਬੱਗਾ ਕੁਮਾਰਾ ਬੈਠਾ ਗਾ, ਮੈਨੂੰ ਐਂ ਸੀਗਾ ਵੀ ਬੱਗੇ ਦਾ ਵਿਆਹ ਹੋ ਜਾਂਦਾ ਦੋਨੇ ਭਾਈ ਰਲ ਮਿਲ ਕੇ ਰਹਿੰਦੇ। ਬੱਗੇ ਨੂੰ ਵੀ ਰਿਸ਼ਤਾ ਤਾਂ ਹੋਜੂਗਾ, ਓਨੀ ਜ਼ਮੀਨ ਤਾਂ ਵਿੰਦਰ ਨੂੰ ਆਉਂਦੀ ਹੈਗੀ, ਓਨੀ ਬੱਗੇ ਨੂੰ ਆਉਂਦੀ ਹੈਗੀ, ਰਿਸ਼ਤਾ ਤਾਂ ਬਥੇਰਾ ਹੋਜੂਗਾ ਉਹਨੂੰ। ਇਹ ਤਾਂ ਗੱਲ ਤੇਰੀ ਸਿਆਣੀ ਹੈ ਬਲਜੀਤ, ਪਰ ਰਿਸ਼ਤਾ ਤਾਂ ਹੋਜੂਗਾ, ਪਰ ਜੋ ਅੱਡ ਹੋਣ ਦਾ ਗੱਲ ਕਰ ਦਿੰਦੇ ਨੇ, ਮੇਰਾ ਤਾਂ ਕਾਲਜ ਆ ਨਾ ਪਾੜਦਾ ਹੈਗਾ ਵੀ ਅੱਡ ਨਾ ਹੋਣ, ਮੈਨੂੰ ਆਇਆ ਵੀ ਮੇਰੇ ਪੁੱਤ ਇਕੱਠੇ ਰਹਿਣ। ਇਕੱਠੇ ਫਿਰ ਹੁਣ ਮੰਨਦੇ ਨੀ ਹੈਗੇ, ਜਦੋਂ ਇਕੱਠੇ ਜਦੋਂ ਉਹਦੇ ਤਾਂ ਸਿਰ ਪਾੜਦਾ ਡਾਂਗ ਮਾਰ ਕੇ। ਬਥੇਰਾ ਮੈਂ ਤਾਂ ਉਹਨੂੰ ਕਿਹਾ ਤੀ ਕੰਜਰ ਵੀ ਤੂੰ ਮਾੜਾ ਕੰਮ ਕੀਤਾ, ਬੱਗੇ ਤਾਂ ਚੰਗਾ ਨੀ ਕੀਤਾ। ਉਹ ਤਾਂ ਕਹਿੰਦੇ ਸਾਡੀ ਤਾਂ ਪੱਥਰ ਤੇ ਲਕੀਰਾ, ਉਹ ਤਾਂ ਕਹਿੰਦੇ ਅਸੀਂ ਤਾਂ ਬਟਵਾਰਾ ਕਰਾਂਗੇ। ਹੁਣ ਤਾਂ ਤੇਰਾ ਦਿਲ ਖੁਸ਼ ਦਾ ਵੀ ਅੱਡ ਹੁੰਦੇ ਨੇਗੇ, ਜੇ ਸੱਟ ਵੱਜਦੀ ਉਹਦੇ ਜ਼ਿਆਦਾ ਵੱਜਦੀ ਕੋਈ ਮਰ ਕੱਪ ਜਾਂਦਾ ਫਿਰ ਕੀ ਕਰਦੀ? ਉਹ ਤਾਂ ਕਰਦੀ ਦੀ ਸਿਆਣੀ ਆ ਬਲਜੀਤ, ਪਰ ਬਿੰਦਰ ਤਾਂ ਟਿਕ ਜਾਂਦਾ, ਬਿੰਦਰ ਦਾ ਸੁਭਾਅ ਤਾਂ ਨੀ ਹੈਗਾ ਤਰਕ, ਪਰ ਕੁਲਵਿੰਦਰ ਨੀ ਦੇਖੀ ਨਾ ਉਹ ਕਰਦੀ ਮੰਨਦੀ, ਉਹਨੇ ਤਾਂ ਪੱਥਰ ਤੇ ਲਕੀਰੀ ਖਿੱਚੀ ਵੀ ਸਟਾਡੀ ਹੋ। ਹੁਣ ਫਿਰ ਕੁਲਵਿੰਦਰ ਨੂੰ ਵੀ ਨੀ ਕੁਛ ਕਹਿ ਸਕਦੇ ਜਦੋਂ ਇਹਨੇ ਇੰਨਾ ਹੀ ਵਾਧਾ ਵਧਾ ਤਾ। ਉਹ ਤਾਂ ਗੱਲ ਤੇਰੀ ਸਿਆਣੀ ਆ ਬਲਜੀਤ, ਚੱਲ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰਦੇ। ਆ ਗਿਆ ਬਿੰਦਰ, ਉਹੀ ਗੱਲ ਕਹਿੰਦੇ ਤਾਂ ਹੁੰਦੇ ਆ ਕਿ ਗਰਮ ਲੋਹੇ ਤੇ ਸੱਟ ਮਾਰੀ ਅੱਧੀ ਸੱਟ ਨੀ ਸਰ ਜਾਂਦਾ, ਹੁਣ ਲਾਉਣੀ ਆ ਗਲਾਸ ਮਾਰ ਕੇ। ਬਹਿ ਜਾਓ, ਕਿਵੇਂ ਦਰਦ ਜਿਹਾ ਤਾਂ ਨਹੀਂ ਹੁੰਦਾ? ਮਾੜਾ ਮੋਟਾ ਜਿਹਾ ਹੁੰਦਾ, ਲੈਣਾ ਦਵਾਈ ਜੀ ਲੈਣੇ। ਗੋਲੀਆਂ ਲੈਣੀਆਂ ਨੇ? ਚੱਲ ਇਹਨੂੰ ਕੋਈ ਕਹਿੰਦੇ ਤਾਂ ਬਾਹਲਾ ਨਹੀਂ ਹੈਗਾ, ਚੱਲ ਲਿਆ ਦਿੰਦੀ ਪਾਣੀ। ਤਾਂ ਮੈਂ ਗੱਲ ਸੁਣੋ ਮੇਰੀ, ਤੇ ਹੁਣ ਜੇ ਭੂ ਆ ਰਹੀ ਹੈ ਨਾ ਤੁਹਾਡੇ ਕੋਲ ਮਿੱਠੀਆਂ ਜਿਹੀਆਂ ਮਾਰਨ ਲੱਗੀ, ਉਹਨੂੰ ਉਹਦੇ ਠੰਡੇ ਨਾ ਪਾਈ ਹੋ ਕਿਤੇ। ਠੰਡੇ ਮੈਂ ਕਿਉਂ ਪਊਂਗਾ? ਹਾਂ ਸਿਰ ਤਾਂ ਭਾੜਦਾ ਮੇਰਾ। ਗੱਲ ਤਾਂ ਉਹੀ ਹੈ, ਕਰਦੀ ਸੀ ਭੂਆ ਹਜੇ ਵੀ, ਉਹ ਬੇਬੇ ਕਰਦੀ ਹੈ ਵਿੱਚ ਚੱਚਰ, ਮੇਰਾ ਕਾਲਜਾ ਪਾੜਦਾ ਦੇਖ ਲੈ ਕਿਵੇਂ ਲੱਸਣ ਕਰਦੀ ਹੈਗੀ।
ਹੁਣ ਦਾ ਕਾਲਜ ਪੜ੍ਹਦਾ ਪਹਿਲਾਂ ਕਹਿੰਦਾ ਕੰਮ ਤੇ ਲਾ ਲਈਏ ਨਹੀਂ ਅਜੇ ਨਿਆਣਾ ਹੈ ਆ ਹੁਣ ਨਿਆਣਾ ਹੈ ਮੇਰੇ ਸਿਰ ਚ ਮਾਰਕ ਸਿਰ ਪਾਰਤਾ ਮੇਰਾ ਹਾਂ ਦੇਖ ਲਾ ਵੀ ਨਿਆਣੇ ਡਾਂਗ ਮਾਰ ਜਾਂਦੇ ਹੁੰਦੇ ਜੇ ਨਿਆਣਾ ਹੁੰਦਾ ਤੂੰ ਵੀ ਚਮੜਾਇਆ ਵੱਧ ਸੀਗਾ ਤੈਨੂੰ ਮੈਂ ਬਹੁਤ ਹੱਥ ਬੰਨੇ ਤੈ ਮੇਰੀ ਸੁਣੀ ਹੋਈ ਨੀ ਉਹਨਾਂ ਚਿਰ ਜਿਹਨੇ ਚਿਰ ਸਿਰ ਪੜਵਾਇਆ ਨੀ ਹੈਗਾ ਉਹ ਮੈਨੂੰ ਕੀ ਪਤਾ ਸੀ ਬੇਟਾ ਦਾ ਸਕੂਲੇ ਲਿਖੂਗਾ ਮੈਂ ਤਾਂ ਪੜੋਸੀ ਕੇ ਮਾਰੇ ਛੋਟਾ ਭਾਈ ਆ ਮੇਰਾ ਮੈਂ ਕਦੇ ਕੰਮ ਨੂੰ ਕਿਹਾ ਹੋਰ ਨੂੰ ਕਿਹਾ ਹੈਗਾ ਇਹ ਐਂ ਪੋਸੇ ਹੋਈ ਸਪੋਲੀਏ ਸੱਪ ਬਣਦੇ ਹੁੰਦੇ ਨੇਗੇ ਜੇ ਉਹਦੇ ਤੋਂ ਮਾੜਾ ਮੋਟਾ ਚੰਡ ਕੇ ਰੱਖਦਾ ਆ ਜਾ ਦਿਨ ਨਾ ਦੇਖਣੇ ਪੈਂਦੇ ਨਾ ਤੇ ਮੇਰੀ ਸੁਣੀ ਹੈ ਤੂੰ ਉਲਟੇ ਮੇਰੇ ਗੱਲ ਪੈ ਜਾਂਦਾ ਸੰਗਣ ਦੀ ਮੇਰਾ ਛੋਟਾ ਭਾਈ ਹੈ ਮੇਰਾ ਛੋਟਾ ਭਾਈ ਹੈ ਆ ਦੇਖ ਲੈ ਨਤੀਜਾ ਛੋਟੇ ਭਾਈ ਦਾ ਉਹ ਸਾਡਾ ਪਿਆਰ ਹੀ ਬੜਾ ਸੀ ਪਹਿਲਾਂ ਤਾਂ ਕੀ ਪਤਾ ਲੱਗਦਾ ਹਾਂ ਪਿਆਰ ਦੀ ਮੋਹਰ ਲਾਈ ਇਹ ਤੇਰੇ ਜਦ ਰਖਾ ਕਰੂਗਾ ਹੁਣ ਵੀ ਸਾਡਾ ਇੰਨਾ ਪਿਆਰ ਸੀਗਾ ਪਹਿਲਾਂ ਭਾਈਆਂ ਦਾ ਤੇ ਹੁਣ ਭੂਆ ਦੇ ਹੁੰਦੇ ਹੁੰਦੇ ਗੱਲ ਛੇੜ ਲਿਓ ਕੱਲੇ ਮੇਰੇ ਸਿਰ ਨਾਲ ਗੱਲ ਲਿਆ ਦਿਓ ਵੀ ਭੂਆ ਤੂੰ ਆਈ ਹੋਈ ਆ ਹੁਣ ਮੈਂ ਤਾਂ ਤੁਹਾਡੇ ਮੂੰਹ ਤੇ ਕਹਿ ਹੀ ਦਿੱਤਾ ਸੀਗਾ ਆਪਾਂ ਕਰਦੇ ਆ ਗੱਲ ਪਸੀ ਦੁਬਾਰਾ ਕਰਾਂਗੇ ਤੁਸੀਂ ਵੀ ਕਹਿ ਦਿਓ ਕਰੜੇ ਹੋ ਕੇ ਕਹਿਓ ਚਾੜੋ ਵੀ ਕਹਣਾ ਪਉਂਦਾ ਹਾਂ ਮੈਂ ਐ ਦੇਖ ਗਲਤੀ ਤਾਂ ਕੀ ਮੰਨਣੀ ਸੀ ਉਹਦੇ ਕੰਨ ਤੇ ਜੂਨੀ ਸਰਕੀ ਵੀ ਮੈਂ ਉਹਦੇ ਸੱਟ ਮਾਰੀ ਏਡੀ ਵੱਡੀ ਉਹਦੀ ਕੋਈ ਸਰਕੀ ਹਾਂ ਤੇ ਇੱਥੇ ਆਪਦੇ ਜਾਣੇ ਭੂਆ ਸਮਝਾਉਂਦੀ ਜੀ ਸੀ ਮੱਤਾਂ ਦਿੰਦੀ ਸੀ ਉਹਨੂੰ ਅੱਛਾ ਵੀ ਐਂ ਨਹੀਂ ਕਰਦੇ ਹੁੰਦੇ ਤੇਰਾ ਵੱਡਾ ਭਾਈ ਹੈ ਤੇਰਾ ਵੱਡਾ ਉਹਨੂੰ ਤਾਂ ਗੱਲ ਹੀ ਨਹੀਂ ਕੋਲੀ ਜੇ ਗੱਲ ਗਾਉਣ ਨੂੰ ਫਿਰ ਮਾਰਦਾ ਕਿਉਂ ਮੇਰੇ ਉਹ ਹਾਂ ਇਹੀ ਗੱਲ ਮੈਂ ਕਿਹਾ ਭੂਆ ਨੂੰ ਵੀ ਫਿਰ ਉਹ ਮਾਰਦਾ ਨਹੀਂ ਸੀ ਉਹਨੂੰ ਕਹਿੰਦੀ ਤੂੰ ਮੋਟਰਸਾਈਕਲ ਤੇ ਚੜਾ ਕੇ ਲਿਆ ਉਹਨੇ ਆਖੇ ਮੇਰੇ ਆਖੇ ਹੁਣ ਵਗ ਜੂਗਾ ਲੈਣ ਉਹਨੂੰ ਵੀ ਗੱਲ ਠੰਡੇ ਪੈ ਜੂ ਤੇ ਉਹਨੇ ਗੱਲ ਹੀ ਨਹੀਂ ਸੁਣੀ ਮੈਂ ਸੁਣੀ ਗਈ ਖੜੀ ਉੱਥੇ ਰਸੋਈ ਚ ਮੈਂ ਦੇਖਾਂ ਕੀ ਕਹਿੰਦੀ ਹੈ ਚੱਲ ਫਿਰ ਭੂਆ ਦਾ ਵੀ ਹੱਕ ਸਮਝਾਉਣ ਦਾ ਸੀ ਬੱਚੋ ਨਹੀਂ ਗੱਲ ਸਾਹਿਬ ਚੋਂਦੀ ਉਹ ਪਤਾ ਹੀ ਹੈ ਹੁਣ ਜੇ ਤਾਂ ਹੁਣ ਬੰਦੇ ਵਾਲੀ ਗੱਲ ਕਰੇ ਕੋਈ ਉਹ ਤਾਂ ਸਮਝ ਜਾਂਦਾ ਹੁੰਦਾ ਹੈ ਹੁਣ ਉਹ ਚਿਮੜੇ ਵਿੱਚ ਆਇਆ ਹੋਇਆਗਾ ਸਮਝਦਾ ਨਹੀਂ ਬੰਦਾ ਉਹ ਕਿਸੇ ਨੂੰ ਮੈਂ ਤਾਂ ਸੋਚਿਆ ਪਰ ਵੀ ਇੰਨਾ ਆਹ ਕੁਛ ਕਰੂ ਏ ਹਾਂ ਤੂੰ ਹੁਣ ਕਰੜਾ ਰਹਿ ਜੀ ਮੈਂ ਤੈਨੂੰ ਬਾਰ ਬਾਰ ਕਹਿਨੀ ਹੈ ਪਹਿਲਾਂ ਵਾਲੀ ਅਣਗਹਿਲੀ ਨਾ ਕਰ ਜੀ ਜਿਹੜੀ ਮੇਰੀ ਗੱਲ ਨਹੀਂ ਸੁਣੀ ਸੀ ਕਦੇ ਹਾਂ ਹੁਣ ਨਹੀਂ ਕਰਦਾ ਅਣਗਹਿਲੀ ਖੁੱਲੀ ਮੈਂ ਹਾਂ ਆਪਾਂ ਸਾਰੀ ਗੱਲ ਮੂੰਹ ਤੇ ਕਰਾਂਗੇ ਮੂੰਹ ਤੇ ਗੱਲ ਕਰ ਲਈ ਨਾ ਜਿਹੜੀ ਚੀਜ਼ ਲੈਣੀ ਅੜ ਕੇ ਲੈ ਲਈ ਕਿਤੇ ਕਹਦੇ ਕੋਈ ਨਾ ਮੇਰੀ ਮਾਂ ਹੈ ਮੇਰਾ ਛੋਟਾ ਭਾਈ ਹੈਗਾ ਮੈਂ ਪੂਰਾ ਪੂਰਾ ਚੀਜ਼ 'ਚ ਹਿੱਸਾ ਲੈਣਾ ਹੈਗਾ ਕੱਢਦਾ ਹੋਣੀ ਪਊਗਾ ਇਹ ਜੀ ਬਾਰ ਕੱਢਦਾ ਹੁਣ ਨਹੀਂ ਆਪਾਂ ਛੱਡਦੇ ਕੋਈ ਸੰਦ ਕੋਈ ਹਿਸਾਬ ਚਾਹੇ ਸਾਰੇ ਲਵਾਂਗੇ ਹਾਂ ਹੋਰ ਹੁਣ ਲੈ ਮੈਂ ਪਾਣੀ ਲਿਆ ਕੇ ਦਿੰਦੀ ਹਾਂ ਗੱਲ ਤਾਂ ਠੀਕ ਹੈ ਕੁਲਵਿੰਦਰ ਦੀ ਜੇ ਪਹਿਲਾਂ ਦੀ ਗੱਲਾਂ ਮੰਨਣ ਦਾ ਕਾਹਨੂੰ ਸਿਰ ਪੜਵਾਉਂਦਾ ਮੈਂ ਆਪਦਾ ਇਹ ਤਾਂ ਕਿੱਦਾਂ ਦੀ ਕਹੀ ਕਿ ਤੂੰ ਰਹਿਣ ਦੇ ਰਹਿਣ ਦੇ ਚਲੋ ਲੈ ਮੈਂ ਇੱਥੇ ਬੁਲਾ ਕੇ ਪੂਜੀ ਨੂੰ ਤੇ ਬੇਬੇ ਹਾਂ ਪਹਿਣਾ ਹੁਣ ਹੈਗਾ 2 ਘੰਟੇ ਟਾਈਮ ਆ ਵਧੀਆ ਦੁਪਹਿਰ ਦੁਪਹਿਰ ਆਪਣੇ ਕੋਲੇ ਮੈਂ ਬੁਲਾ ਕੇ ਲਿਆਉਣੀ ਪੱਥਰ ਤੇ ਲਕੀਰ ਹੈ ਤੈਨੂੰ ਕਰਜ਼ਾ ਵਧੀਆ ਰਹੇਗੀ ਤੂੰ ਸਾਡਾ ਕੰਮ ਵਧੂਗਾ ਨਜਾਇਜ਼ ਵਧੂਗਾ ਮਾਰ ਮਾਈ ਤੇ ਗੱਲ ਵਗ ਗਈ ਹੁਣ ਚੰਗੇ ਰਹਾਂਗੇ ਸਿਆਦਾ ਅੱਡ ਹੋਵਾਂ ਪੱਥਰ ਦੇ ਲਕੀਰ ਹੋਵੇ ਵਿਆਹ ਨਾ ਹੋਵੇ ਸਾਨੂੰ ਕੋਈ ਨਾ ਇਹਦੇ ਵਿਆਹ ਚ ਬੜੀ ਅਸੀਂ ਸਾਡਾ ਟੁੱਟ ਗਿਆ ਰਿਸ਼ਤਾ ਨਾ ਅਸੀਂ ਇਸ ਘਰ ਚ ਰਹੀਏ ਸਾਡਾ ਜਿਹੜੇ ਪੈਸੇ ਪੂਸੇ ਆਪਣੇ ਅੰਗ ਕੇ ਕੋਠੀ ਅਸੀਂ ਦੂਰ ਜਾ ਕੇ ਰਹਾਂਗੇ ਲਵੇ ਵੀ ਰਹੇ ਕਹਿੰਦੇ
ਹੁਣ ਸਾਨੂੰ ਆਪ ਵੀ ਪਤਾ ਭੂਆ ਨਾ ਰਹਿਣ ਵਾਲੀ ਗੱਲਾਂ ਕਿੱਥੇ ਰਹਿ ਗਈਆਂ। ਉਹੀ ਤਾਂ ਗੱਲ ਆ, ਉਹ ਸਮਝਿਆ ਨੀ ਹੈਗਾ। ਜੇ ਉਹ ਸਮਝਦਾ ਵੀ ਮੇਰਾ ਭਾਈ ਆ ਵੱਡਾ, ਚੱਲ ਸਾਰੀਆਂ ਗੱਲਾਂ ਛੱਡੋ ਭੂਆ ਜੀ, ਜਿਹੜਾ ਉਹਨੇ ਕਰਤਾ ਸਹੀ ਕਰਤਾ। ਹੁਣ ਤੁਸੀਂ ਐ ਪੁੱਛ ਲਾ ਬੇਬੇ ਨੂੰ ਵੀ ਹੁਣ ਬੇਬੇ ਚਾਹੁੰਦੀ ਕੀ ਹੈ, ਇੱਥੇ ਰਹਿਣਾ ਚਾਹੁੰਦੀ ਇਹ ਘਰ ਚ, ਫੈਸਲਾ ਇਹਦਾ ਹੈਗਾ, ਜਿਵੇਂ ਸਾਨੂੰ ਕਹੂ ਸਾਨੂੰ ਉਵੇਂ ਮਨਜ਼ੂਰ ਹੈ। ਜਾਏ ਘਰ ਤੇ ਰਹਿਣਗੇ ਜਾਂ ਅਸੀਂ ਰਹਾਂਗੇ, ਦੱਸੋ ਭਾਵੇਂ ਕਿਵੇਂ ਕਰਨਾਗਾ ਤੁਸੀਂ ਬਲਜੀਤ, ਜਿਵੇਂ ਇੱਥੇ ਰਹਿਣਾ ਨੀ ਤਾਂ ਦੂਰ ਜਾ ਕੇ ਪਾਵਾਂਗੇ ਘਰ, ਚੱਲ ਜਿਵੇਂ ਇਹਨਾਂ ਦੀ ਠੀਕ ਲੱਗਦਾ ਨੀ, ਮਰਜ਼ੀ ਆ ਉਹਨੇ ਕਰ ਦੇਣਾ ਦੂਰ ਜਾ ਕੇ ਪਾਵਾਂਗੇ ਆਪਣਾ ਘਰ ਪਾਈ, ਕੋਠੀ ਪਾਈਏ, 17.5 ਲੱਖ ਰੁਪਏ ਠੀਕ ਆ ਬੇਬੇ। ਹਾਂ ਠੀਕ ਆ ਪੁੱਤ, ਚੱਕਰ ਜਾ ਗਿਆ। ਚੱਲ ਭਾਈ ਹੁਣ ਤੁਸੀਂ ਪੈਸੇ ਤੁਹਾਨੂੰ ਦੇ ਦੂਗਾ, ਤੁਸੀਂ ਆਪਦੀ ਕੋਠੀ ਅੱਡ ਪਾ ਲਿਓ, ਇਹ ਕੋਠੀ ਚ ਰਹੀ। ਠੀਕ ਹੈ, ਮਨਜ਼ੂਰ ਹੈ ਭੂਆ, ਚੰਗੀ ਰਹੇਗੀ ਭੂਆ, ਅਸੀਂ ਵੀ ਮਦਦ ਕਰਦੇ, ਸਾਡਾ ਵਧੀਆ ਰਹੇਗੀ। ਹੈ ਖੁਸ਼ੀ, ਤੇਰੇ ਪੇਪਰ ਹੋ ਗਏ ਪੁੱਤ, ਕਿਵੇਂ ਵਧੀਆ ਹੋ ਗਏ? ਵਧੀਆ ਵਧੀਆ ਜੀ, ਨੰਬਰ ਵਧੀਆ ਆਉਣਗੇ? ਹਾਂ ਵਧੀਆ, ਪੂਰੇ ਵਧੀਆ ਆਉਣਗੇ। ਚੱਲ ਵਧੀਆ ਕਰ ਲਾ ਫਿਰ ਤਾਂ। ਚੱਲ ਹੁਣ 6 ਮਹੀਨੇ ਰਹਿ ਗਏ ਪੁੱਤ, ਇੱਕ ਸਮੈਸਟਰ ਦੇ ਪੇਪਰ ਹੋ ਗਏ, ਚੱਲ 1 ਦੇ ਰਹਿ ਗਏ। ਹੁਣ ਸੇ ਮੇਰੀ ਐ ਸਲਾਹ ਹੈਗੀ ਵੀ ਤੈਨੂੰ ਵੱਡੇ ਵੀਰੇ ਦੇ ਨਾਲ ਮਾਨਸੀ ਲਾ ਦੀ ਸਕੂਲ ਨਾਲ। ਆ ਜੀ, ਮਤਲਬ ਪਿੰਡ ਵਾਲੇ ਸਕੂਲ ਚ ਇੱਥੇ ਲੱਗੇਗਾ? ਹਾਂ ਜੀ ਇੱਥੇ। ਨਹੀਂ ਪੁੱਤ, ਉੱਥੇ ਨਾ ਤਾਂ ਪੜ੍ਹਾਈ ਵਧੀਆ ਹੈਗੀ। ਨਾ ਨਾ ਜੀ, ਆ ਸਕੂਲ ਵਧੀਆ ਜੀ। ਲੈ ਮੈਂ ਤਾਂ ਹੀ ਕਹਿੰਦੀ ਸੀ ਪੁੱਤ, ਤੂੰ ਕੱਲ ਨੂੰ ਵੱਡਾ ਹੋ ਕੇ ਆਏ ਨਾ ਆਖੀ ਵੀ ਮੇਰੇ ਵੀਰੇ ਨੂੰ ਵੱਡੇ ਸਕੂਲ ਚ ਪੜ੍ਹਾ ਲਿਆ, ਵੀ ਮੈਨੂੰ ਇੱਥੇ ਹੀ ਲਾਤਾ, ਫੇਰ ਸਾਨੂੰ ਨਾ ਦੋਸ਼ ਦੇਈ ਤੂੰ। ਨਾ ਨਾ ਜੀ, ਉਰੀ ਪੜੂੰਗਾ ਤਾਂ ਜੀ। ਇੱਥੇ ਪੜ੍ਹੇਗਾ? ਹਾਂ ਜੀ। ਦੇਖ ਲਾ ਭਾਈ, ਤੇ ਐ ਦੇਖ ਲਾ ਉਹਦੀ ਪੜ੍ਹਾਈ ਬਹੁਤ ਵਧੀਆ, ਨਾ ਉਹਤੇ ਖਰਚਾ ਵੀ ਵੱਧ ਉਹਦੀ ਪੜ੍ਹਾਈ ਤੇ। ਨਹੀਂ ਮੈਂ ਵਧੀਆ ਪੜ੍ਹਦਾ ਏ। ਵਧੀਆ ਪੜ੍ਹਦਾ? ਚਲ ਉਹ ਤਾਂ ਹੁਣ ਰਿਜ਼ਲਟ ਦੱਸੂਗਾ, ਹੁਣ ਰਿਜ਼ਲਟ ਲੈਣ ਤੇ ਡੈਡੀ ਨੂੰ ਭੇਜੂਗੀ ਮੈਂ। ਠੀਕ ਹੈ। ਹਾਂ ਕਿਤੇ ਐ ਕਹਿ ਦੇ ਵੀ ਖਮ ਨਹੀਂ ਆਈ, ਉਹ ਰਹਿਜੂਗਾ ਪੜ੍ਹਦਾ। ਠੀਕ ਹੈ। ਹਾਂ ਫੇਰ ਪਤਾ ਲੱਗੂ ਵੀ ਕਿਹੋ ਜਿਹੇ ਪੇਪਰ ਕਰੇ ਨੇ ਤੇ। ਠੀਕ। ਹਾਂ ਤੇ ਨਾ ਤੂੰ ਮੋਬਾਈਲ ਦਾ ਧਿਆਨ ਘੱਟ ਰੱਖਿਆ ਕਰ, ਵੱਧ ਖੇਡਣਾ ਥੋੜਾ ਜਿਹਾ ਲੈਂਦਾ ਮੋਬਾਈਲ ਤੂੰ। ਕੋਈ ਨਹੀਂ। ਹਾਂ ਉਹੀ ਗੱਲ ਕੀ ਹੋ ਗਿਆ, ਚੱਲ ਪੇਪਰ ਹੋ ਗਏ, ਹਜੇ ਪੜ੍ਹਾਈ ਤੇ ਗਾਹਾਂ ਸ਼ੁਰੂ ਹੈਗੀ ਹੈਗੀ ਦੁਬਾਰੇ, ਤੇ ਇਹਨਾਂ ਨਾ ਚੱਕਿਆ ਕਰ ਮੋਬਾਈਲ। ਠੀਕ। ਹੋਰ ਬਾਹਲਾ ਸਿਆਣਾ ਮੇਰਾ ਪੁੱਤ ਤਾਂ, ਤੇ ਲੈ ਉਹ ਆ ਗਏ, ਤੇਰੇ ਵੀਰਾ ਵੀ ਆ ਗਿਆ। ਲੈ ਗਰਮੀ ਹੈ, ਮਨੂ ਤਾਂ ਪਾਣੀ ਕੰਨੀ ਗਿਆ ਹੈਗਾ ਪਹਿਲਾਂ ਸਿੱਧਾ, ਤੇ ਬਾਹਰ ਖੇਡਦਾ। ਮੈਂ ਹੀ ਪਾਣੀ ਪੀਣਾ ਹੈਗਾ। ਨਹੀਂ ਪੀਣਾ ਮਨੂ, ਇਹਨੂੰ ਵੀ ਲਿਆ ਦੇ ਪੁੱਤ ਪਾਣੀ ਦਾ ਗਲਾਸ, ਉਹ ਤਾਂ ਤੂੰ ਆਪ ਤੋਂ ਪੀਤਾ ਨੀ ਜਾਂਦਾ ਉੱਠ ਕੇ ਹੋਏ। ਚੱਲ ਕੋਈ ਨਾ ਪੁੱਤ, ਲਿਆ ਦੇ ਨਿਆਣਾ ਹੈਗਾ, ਇਹ ਤਾਂ ਐਂ ਕਰਦਾ ਹੁੰਦਾ। ਪੀ ਲਾ। ਮੈਂ ਤਾਂ ਮੈਨੂੰ ਐਂ ਗੱਲ ਕਰੀ ਸੀ ਪੁੱਤ ਇਹਦੇ ਨਾਲ,
ਮੈਂ ਕਿਹਾ ਚੱਲ ਤੈਨੂੰ ਐਤੀ ਆ 6 ਮਹੀਨੇ ਤੋਂ ਬਾਅਦ ਤੇਰੇ ਪੇਪਰ ਹੋ ਗਏ ਨਾ ਜਦੋਂ ਤੈਨੂੰ ਉੱਥੇ ਲਾ ਦਾਂਗੇ ਮਨੂ ਨਾਲ ਸਕੂਲ ਤੇ ਇਹ ਤਾਂ ਕਹਿੰਦਾ ਮੈਂ ਤਾਂ ਇੱਥੇ ਲੱਗੂੰਗਾ ਮੈਂ ਤਾਂ ਲੱਗਦਾ ਨਹੀਂ ਮਨੂ ਨਾਲ ਮੰਮੀ ਨੂੰ ਆਇਆ ਵੀ ਮੈਨੂੰ ਤੇ ਮਾਨ ਸਾਹਿਬ ਵੱਧ ਪੜ੍ਹਾਈ ਕਰਨੀ ਪਊਗੀ ਵੀ ਇੱਥੇ ਘੱਟ ਪੜ੍ਹਾਉਂਦੇ ਨੇ ਵੀ ਨਾਲੇ ਮੈਨੂੰ ਉੱਥੇ ਸੁਨੇਹਾ ਉੱਠਣਾ ਪਿਆ ਕਰੂਗਾ ਤੜਕੀ ਉੱਥੇ ਬੈਣ ਤੇ ਜਾਣਾ ਪਿਆ ਕਰੂਗਾ ਹੋਰ ਇਹ ਤਾਂ ਹੈਗਾ ਪੁੱਤ ਦੇਰ ਨਾਲ ਤਾਂ ਇਹ ਘੰਟਾ ਲੇਟ ਉੱਠਦਾ ਹੈਗਾ ਹਾਂ ਤਾਂ ਹੀ ਡਰਦਾ ਗੱਲ ਤਾਂ ਤੇਰੀ ਸੱਚੀ ਹੈ ਇਹ ਵੀ ਬੈਣ ਤਾਂ ਉਹਦੀ ਉਸ ਜਿਹੇ ਵੇਲੇ ਤਾਂ ਮੈਂ ਉੱਠਦਾ ਜਦੋਂ ਉਹਦੀ ਬੈਣ ਆ ਜਾਂਦੀ ਹੈਗੀ ਹਾਂ ਗੱਲ ਤਾਂ ਤੇਰੀ ਸਹੀ ਹੈ ਐਂ ਕਰਦਾ ਬਹੁਤ ਸ਼ਰਾਰਤੀ ਇਹ ਤੇ ਸਾਰੀ ਗੱਲਾਂ ਦਾ ਧਿਆਨ ਰੱਖਦਾ ਪਰ ਕਿਸੇ ਨੂੰ ਦੂਜੇ ਨੂੰ ਮਲੂਮ ਨਹੀਂ ਹੋਣ ਦਿੰਦਾ ਇਹਨੂੰ ਐ ਵੀ ਇਹ ਆਖਣਗੇ ਇਹਦਾ ਤਾਂ ਇੱਥੇ ਜੀ ਲੱਗ ਰਿਹਾਗਾ ਸਕੂਲ ਚ ਵੀ ਤਾਂ ਹੀ ਨਹੀਂ ਲੱਗਦਾ ਖਾਵਨੀ ਮਾਨਸਾ ਤੇ ਲਾਵਾਂਗੇ ਪੁੱਤ ਐਤੀ ਇਹਨੂੰ ਮਾਨਸਾ ਤੇਰੇ ਨਾਲ ਹੀ ਨਾ ਤੂੰ ਉੱਥੇ ਗੌਰ ਰੱਖਿਆ ਕਰੇਗਾ ਇਹਦੀ ਵੀ ਕਿਵੇਂ ਸ਼ਰਾਰਤਾਂ ਕਰਦਾ ਕਿ ਨਹੀਂ ਕਰਦਾ ਇੱਥੇ ਨਾ ਤਾਂ ਤੇਰੇ ਡੈਡੀ ਤੋਂ ਜਾਇਆ ਜਾਂਦਾ ਇੰਨਾ ਸਕੂਲ ਚ ਤੇ ਬਾਕੀ ਤੂੰ ਵੀ ਜਾਇਆ ਕਰ ਜਦੋਂ ਛੁੱਟੀ ਹੁੰਦੀ ਹੈ ਇਹਦੇ ਸਕੂਲ ਚ ਇੱਥੇ ਹਾਂ ਪਤਾ ਕਰਿਆ ਕੀ ਹੈ ਸਕੂਲ ਚ ਸ਼ਰਾਰਤਾਂ ਕਰਦਾ ਹੋਵੇ ਇਹ ਹੁਣ ਤਾਂ ਪੁੱਤ ਇਹਨੂੰ ਪਤਾ ਨਹੀਂ ਹੈਗਾ ਤੇ ਨਿਆਣਾ ਹੈਗਾ ਵੀ ਪੜ੍ਹਾਈ ਕੀ ਚੀਜ਼ ਹੈ ਜਦੋਂ ਵੱਡਾ ਹੋ ਗਿਆ ਫਿਰ ਇਹ ਸਾਨੂੰ ਲੜਿਆ ਕਰੂਗਾ ਵੀ ਤੁਸੀਂ ਵੀਰੇ ਨੂੰ ਵੱਡੇ ਸਕੂਲ ਚ ਪੜ੍ਹਾ ਲਿਆ ਵੀ ਮੈਨੂੰ ਇੱਥੇ ਹੀ ਲਾ ਰੱਖਿਆ ਹੈਗਾ ਤੇ ਮੈਂ ਇਹਨੂੰ ਆਪ ਨੂੰ ਵੀ ਸਮਝਾਇਆ ਹੈਗਾ ਸਾਨੂੰ ਕਹਿਣਾ ਤਾਂ ਇਹਨੇ ਮੈਨੂੰ ਇੱਕ ਵਾਰੀ ਜਵਾਬ ਦੇਤਾ ਚੱਲ ਕੋਈ ਨਾ ਦੇਖਾਂਗੇ ਜਦੋਂ ਪੇਪਰ ਪੂਪਰ ਹੁੰਦੇ ਨੇ ਖਬਰਾਂ ਉਦੋਂ ਮੰਨ ਹੀ ਜਾਵੇ ਤੇ ਪਰ ਸਕੂਲ ਚ ਤੂੰ ਜ਼ਰੂਰ ਜਾ ਕੇ ਆਈ ਇਹਦੇ ਚ ਠੀਕ ਆ ਮੰਮੀ ਮੈਂ ਜਾ ਕੇ ਆਇਆ ਕਰੂੰਗਾ ਸਕੂਲ ਚ ਹਾਂ ਕਿ ਮਾਂ ਪੁੱਤ ਇੱਕ ਮੰਜੇ ਤੇ ਬੈਠੇ ਹੋ ਕੀ ਗੱਲਾਂ ਮਾਰੀਆਂ ਕੁਲਵਿੰਦਰੇ ਅਸੀਂ ਤਾਂ ਹੀ ਪੜ੍ਹਾਈ ਜੀ ਦੀਆਂ ਗੱਲਾਂ ਕਰੀ ਜਾਂਦੇ ਸੀ ਜੀ ਅੱਛਾ ਇਹਨੂੰ ਖੁਸ਼ੀ ਨੂੰ ਪੁੱਛਦੀ ਸੀ ਮਾਂ ਕਿਵੇਂ ਹੋ ਗਏ ਪੇਪਰ ਵਧੀਆ ਹੋ ਗਏ ਕਹਿੰਦਾ ਹਾਂ ਬਹੁਤ ਸੋਹਣੇ ਪੇਪਰ ਹੋਏ ਨੇ ਕਿਹੜਾ ਤਾਂ ਕਹਿੰਦਾ ਚਲੋ ਰਿਜ਼ਲਟ ਦੱਸੂ ਤਾਂ ਹਾਂ ਦੱਸੂਗਾ ਰਿਜ਼ਲਟ ਮੈਂ ਨਹੀਂ ਜਾਂਦੇ ਇਹ ਆ ਜਾ ਮੈਂ ਆ ਜਾ ਖੇਡਣ ਜਾਂਦੇ ਪੁੱਤ ਖੇਡਿਓ ਚੱਲ ਤੈਨੂੰ ਗੱਲ ਦੱਸਾਂ ਹਾਂ ਤੈਨੂੰ ਜਵਾਕਾਂ ਨੂੰ ਫਰਕ ਲੱਗਦਾ ਪੜ੍ਹਾਈ ਚ ਪੜ੍ਹਾਈ ਚ ਤਾਂ ਉਹੀ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਵੀ ਮਾੜਾ ਮੋਟਾ ਉੱਥੇ ਸਕੂਲ ਚ ਜਾ ਕੇ ਪਤਾ ਕਰਿਆ ਕਰੋ ਅਸਲ ਵਿੱਚ ਟੀਚਰ ਦੱਸਦੇ ਹੁੰਦੇ ਨੇਗੇ ਉਹ ਜਾਨਣਾ ਤਾਂ ਹੁੰਦਾ ਬਸ ਹੋਰ ਹੀ ਕੰਮ ਤਾਂ ਨਹੀਂ ਮੁਕਦਾ ਇਹਦੇ ਵਿੱਚ ਪਤਾ ਕੀ ਇਹ ਛੋਟਾ ਤਾਂ ਨਹੀਂ ਪੜਦਾ ਲੱਗਦਾ ਮੈਨੂੰ ਵੱਡਾ ਮੁੰਡਾ ਨਰਮ ਬਈ ਆਪਣਾ ਤਾਂ ਪਤਾ ਉਹ ਪੜ ਜਾਊਗਾ ਉਹੀ ਤਾਂ ਗੱਲ ਇਹੀ ਗੱਲ ਮੈਂ ਕਹੀ ਸੀ ਖੁਸ਼ੀ ਨੂੰ ਮੈਂ ਕਿਹਾ ਭਾਈ ਇੱਕ ਤਾਂ ਉਹਦਾ ਸਕੂਲ ਚੰਗਾ ਇੱਕ ਉਹ ਧਿਆਨ ਵੱਧ ਦਿੰਦਾ ਪੜ੍ਹਾਈ ਚ ਮੈਂ ਕਿਹਾ ਹੁਣ ਤਾਂ ਤੈਨੂੰ ਪਤਾ ਨਹੀਂ ਕਹਿੰਦਾ ਮੈਂ ਤਾਂ ਇੱਥੇ ਪੜੂੰਗਾ ਮੈਂ ਨਹੀਂ ਮਾਨਸਾ ਲੱਗਦਾ ਅੱਛਾ ਹਾਂ ਮੈਂ ਕਹਿਵਾਂ ਵੀ ਜਵਾਕ ਭੱਜ ਕੇ ਕਹਿੰਦਾ ਵੀ ਬੈਣ ਤੇ ਚਾਮਾ ਗਲੇ ਇਹ ਤਾਂ ਮੂੰਹ ਨਹੀਂ ਕਰਦਾ ਮਾਨਸਾ ਹਾਂ ਮੈਂ ਆਖਿਆ ਤੈਨੂੰ ਵੀਰੇ ਨੂੰ ਇੱਕ ਸਕੂਲ ਚ ਲਾ ਦਾਂਗੇ ਤੇ ਮੈਂ ਕਿਹਾ ਉੱਥੇ ਬੈਣ ਤੇ ਵਗ ਜਾ ਕਰੋ ਕਹਿੰਦਾ ਨਾ ਮੈਂ ਤਾਂ ਇੱਥੇ ਨਹੀਂ ਪੜੂੰਗਾ ਵਧੀਆ ਪੜ੍ਹਾਈ ਹੁੰਦੀ ਹੈਗੀ ਪਤਾ ਨਹੀਂ ਕੀ ਗੱਲ ਕੀ ਹੁਕਮ ਫਟਿਆ ਸਕੂਲ ਇਹਦੇ ਤੇ ਹਾਂ ਹੀ ਨਹੀਂ ਕਰਦਾ ਉਹੀ ਤਾਂ ਗੱਲ ਹੈ ਮਨੂ ਨੇ ਦੱਸੀ ਮੈਨੂੰ ਕਹਾਣੀ ਕਹਿੰਦਾ ਇਹਨੂੰ ਆਇਆ ਵੀ ਉੱਥੇ ਪੜ੍ਹਾਈ ਬਾੜੀ ਹੁੰਦੀ ਹੈ ਮੇਰੇ ਸਕੂਲ ਚ ਪੜ੍ਹਾਈ ਔਖੀ ਹੈ ਇੱਕ ਸੁਨੇਹਾ ਜਾਣਾ ਪੈਂਦਾ ਵੀ ਇਹ ਲੇਟ ਉੱਠਦਾ ਹੈਗਾ ਅੱਧਾ ਟਾਈਮ ਤੱਕ ਲਵਿੰਦਰ ਫਿਰ ਜਿਹੜੇ ਬੈਨਾ ਬੋਨ ਵਾਲੇ ਇਹਦੇ ਵਿੱਚ ਹੀ ਲੰਘ ਜਾਂਦਾ ਹਾਂ ਪਰ ਤਾਂ ਹੀ ਉਹਨੂੰ ਆਇਆ ਵੀ ਨਾ ਤਾਂ ਮੈਨੂੰ ਸੁਨੇਹਾ ਉੱਠਣਾ ਪਿਆ ਕਰੂਗਾ ਤੇ ਉਹਦੇ ਤਾਂ ਹੋਰ ਗੱਲ ਹੈ ਜਿਹੜਾ ਪਿੰਡ ਵਾਲਾ ਸਕੂਲ ਹੈ ਜੇ 2 ਮਿੰਟ ਪਹਿਲਾਂ ਪਿੱਛੋਂ ਚੱਲ ਜਾਂਦਾ ਬੜਾ ਮੋਟਾ ਇੱਥੇ ਤਾਂ ਹਾਂ ਜਿਹੜਾ ਬੈਨ ਦਾ ਟਾਈਮ ਹੈ ਉਹ ਟਾਈਮ ਤੇ ਤਿਆਰ ਹੋਣੀ ਹੁਣ ਉੱਥੇ ਕਿਹੜਾ ਬੰਦਾ ਤੁਰ ਕੇ ਵਗ ਜਾਊਗਾ ਹਾਂ ਹੋਰ ਪਹਿਲੀ ਉੱਠ ਕੇ ਤਿਆਰ ਹੋ ਕੇ ਪਹਿਲਾਂ ਜਵਾਕ ਤਿਆਰ ਕਰਨਾ ਇਹ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਬੈਨ ਦੀ ਨਾ ਵੱਡੀ ਬਣ ਜਾਂਦੀ ਹਾਂ ਤੇ ਤਾਂ ਹੀ ਐਂ ਕਰਕੇ ਕਹਿੰਦਾ ਮੈਂ ਤਾਂ ਇੱਥੇ ਲੱਗੂੰਗਾ ਤੇ ਹੁਣ ਵੀ ਉਹਨੂੰ ਦੇਖ ਲਾ ਮੱਲੋ ਮੱਲੀ ਠਾ ਕੇ ਲੱਗਿਆ ਉਹ ਜਾ ਕੇ ਬਾਰੇ ਘੱਟ ਖੁਸ਼ ਹੈਗਾ ਇਹਨੂੰ ਜੱਸ ਵਾਲੀ ਛੋਟੇ ਨੂੰ ਇਹਨੂੰ ਖੇਡਣ ਦੀ ਵਾਰੀ ਚੱਸ ਰਹੀ ਹੈ ਬਾਕੀ ਇਹ ਸਕੂਲ ਪਿੰਡ ਵਾਲੇ ਚ ਪੜਦਾ ਕਰਕੇ ਦੇ ਦੋਸਤੀ ਵਾਲੇ ਨੇ ਹਾਂ ਉਹਦੇ ਤਾਂ ਹੁਣ ਆਪਣੇ ਪਿੰਡ ਚੋਂ ਇੱਕ ਦੋ ਮੁੰਡੇ ਹੀ ਨੇ ਬੈਣ ਤੇ ਜਾਂਦੇ ਇਹ ਹੋਰ ਆ ਨਾ ਇਹ ਪਿੰਡ ਦੇ ਸਕੂਲ ਕਰਕੇ ਸ਼ਾਮ ਨੂੰ ਫਿਰ ਵਗ ਜਾਂਦਾ ਉੱਥੇ ਹਾਂ ਸਾਰੇ ਮੁੰਡੇ ਖੁੰਡੇ ਤੇ ਇਕੱਠੇ ਹੁੰਦੇ ਨੇ ਹੋਰ ਤਾਂ ਹੀ ਇਹ ਜਾ ਕੇ ਨਹੀਂ ਖੁਸ਼ ਉੱਥੇ ਮਾਨਸਾ ਸਕੂਲ ਹੁਣ ਕਿਲੋਂ ਦੇ ਰੇੜੇ ਵਾਲਾ ਜਾਂਦਾ ਗੋਭੀ ਗੱਬੀ ਲੈ ਲੈਣ ਸਬਜ਼ੀ ਪਈ ਹੈ ਅੱਜ ਆਪਣੇ ਕੱਦੂ ਪੈ ਨੇਗੇ 2-3 ਸੁੱਕੀ ਸਬਜ਼ੀ ਬਣਾ ਲਾਂਗੇ ਉਹਨਾਂ ਦੀ ਕਲਵਿੰਦਰ ਤੈਨੂੰ ਮੈਂ ਗੱਲ ਕਹਾਂ ਵੀ ਜਦੋਂ ਗੱਲ ਜ਼ਿਆਦਾ ਜਦੋਂ ਆਪਾਂ ਤਾਂ ਇਕੱਠੇ ਹੁੰਦੇ ਸੀਗੇ ਕਿਵੇਂ ਤੇ ਉਦੋਂ ਮੈਂ ਕੱਦੂ ਲੈ ਕੇ ਆਉਂਦਾ ਖੇਤੋਂ ਕੱਚੇ ਕੱਚੇ ਮੈਂ ਤਾਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਜੀ ਕਰੀ ਹੈ ਵੀ ਕੱਦੂ ਵਾਧੂ ਲੱਗਦੇ ਉਦੋਂ ਦੀ ਗੱਲ ਪੁਰਾਣੀ ਹਾਂ ਤੇ ਤੂੰ ਕਹਿੰਦੀ ਕੱਦੂਆਂ ਕੌਣ ਖਾਂਦਾ ਫਲਾਣ ਲੈਂਦੇ ਹੁਣ ਤੈਨੂੰ ਕੱਦੂ ਸਵਾਦ ਲੱਗਣ ਲੱਗ ਗਿਆ ਹੁਣ
ਓਹੋ, ਤੁਸੀਂ ਤਾਂ ਉਹੀ ਗੱਲ ਮੋੜ ਘੋੜ ਕੇ ਉੱਥੇ ਲੈ ਕੇ ਜਾਂਦੇ। ਮੈਂ ਬਾਰੀ ਵਾਰੀ ਪਰਤਿਆਈ ਹੈ। ਪਹਿਲਾਂ ਮੈਨੂੰ ਐਂ ਦੱਸੋ, ਅੱਗੇ ਸਬਜ਼ੀ ਬਣਾਉਂਦੀ ਹੁੰਦੀ ਬੇਬੇ? ਬੇਬੇ ਨਾ ਰੋਜ਼ ਕਰਨ ਦੀ ਦੁੱਧ ਪਾ ਕੇ ਕੱਦੂ ਕਰਾਂਗੇ, ਦੁੱਧ ਪਾ ਕੇ ਕੱਦੂ ਕਰਾਂਗੇ। ਦੁੱਧ ਵਾਲੇ ਕੱਦੂ ਕਿੱਥੇ ਸਵਾਦ ਲੱਗਦੇ ਨੇਗੇ, ਇੱਕੋ ਤਾਂ ਉਮਰੀ ਇਹ ਜੀ ਸੀ, ਉਦੋਂ ਤਲੀਆਂ ਤੁਲੀਆਂ ਸਬਜ਼ੀਆਂ ਸਵਾਦ ਵੱਧ ਲੱਗਦੀਆਂ ਹੁੰਦੀਆਂ। ਤੇ ਹੁਣ ਤਾਂ ਮੈਂ ਤਾਂ ਹੁਣ ਵੀ ਦੇਖ ਸੁੱਕਾ ਕੱਦੂ ਬਣਾਉਂਦੇ ਹੈਗੇ, ਉਹ ਦੇਖਦਾ ਟਿੰਡਵਾਂ ਵਰਗਾ ਕੱਦੂ ਲੱਗਦਾ, ਇੰਨਾ ਸਵਾਦ ਲੱਗਦਾ ਹੈਗਾ। ਨਹੀਂ ਕੁਲਵਿੰਦਰ, ਉਹੀ ਫਰਕ ਪੈ ਗਿਆ, ਜਦੋਂ ਬੰਦਾ ਅੱਡ ਹੋ ਜਾਂਦਾ ਨਾ ਥੋੜਾ ਹੱਥ ਕੁੱਟਣ ਲੱਗ ਜਾਂਦਾ, ਹੁਣ ਤੈਨੂੰ ਕੱਦੂ ਹੀ ਭਾਵੇਂ ਗੋਭੀ ਵਰਗ ਲੱਗਦੇ ਨੇ। ਨਹੀਂ ਹੱਥ ਕੁੱਟਣ ਨੂੰ ਹੁਣ ਆਪਾਂ ਕੀ ਕੋਈ ਮਾੜਾ ਖਾਂਦੇ ਹੈਗੇ, ਚੰਗਾ ਦੁੱਧ ਬਾਅਦ ਵਧੀਆ ਉਹ ਵੀ ਪੀਂਦੇ ਹੈਗੇ, ਤੁਸੀਂ ਤਾਂ ਉਹੀ ਬਣਾਈ ਜਾਂਦੇ ਹੋਗੇ। ਚਲ ਉਹ ਤਾਂ ਸਾਡੇ ਜਿਹੜੀਆਂ ਗੱਲਾਂ ਹੋ ਗਈਆਂ, ਤੇ ਬਾਕੀ ਤੁਸੀਂ ਹੁਣ ਬਹੁਤ ਚਿਰ ਹੋ ਗਿਆ, ਮੈਨੂੰ ਤਾਂ ਬਸ਼ਰਮੀ ਵੀ ਬਹੁਤ ਆਉਂਦੀ ਹੈ, ਤੇ ਆ ਕੋਈ ਘਰ ਘੁਰ ਦਾ ਕਰ ਲਓ। ਹੁਣ ਉਸੇ ਖੁੱਡੇ 'ਚ ਆਏ ਬੈਠੇ, ਉੱਥੇ ਤਾਂ ਆਪਾਂ ਇੰਨੀ ਹਿੱਕ ਥਾਪੜ ਕੇ ਆਏ ਸੀ ਵੀ ਸਾਨੂੰ ਤਾਂ ਹਿੱਸਾ ਦਿਓ, ਵੰਡ ਕੇ ਪੈਸੇ ਦਿਓ, ਕੋਠੀ ਦੇ ਜਿਹੜੇ ਹਿੱਸੇ ਬਹਿੰਦੇ ਬਣਦੇ ਨੇਗੇ, ਤੇ ਅਸੀਂ ਤਾਂ ਹੁਣ ਪਾ ਲਾਂਗੇ ਜਾ ਕੇ ਆਪਦਾ। ਤੇ ਉਹ ਤਾਂ ਹੁਣ ਹੱਸਦੇ ਹੋਣਗੇ ਵੀ ਹੁਣ ਪਾ ਲਈ ਹਵੇਲੀ। ਟੌਰ ਕੁਲਵਿੰਦਰ ਤਈ ਚੱਕਿਆ ਸੀ, ਮੈਂ ਤਾਂ ਲੋਟ ਸੀ ਸਬੰਧੀ ਸਬੰਧੀ, ਮੈਨੂੰ ਵੀ ਗਰਮ ਕਰ ਕਰਕੇ ਆਹ ਦਿਨ ਲਿਆ ਤੇ ਮੌਜ ਕਰਦੇ, ਚੰਗੀ ਕੋਠੀ ਪਾਈ ਸੀ, ਚੰਗੇ ਏਸੀ ਲੱਗੇ ਹੋਏ ਸੀ, ਹਟੀ ਨੀ, ਕਹਿੰਦੇ ਐਂ ਚੌੜੇ ਹੋ ਗਏ ਵੀ ਚਲ ਕੋਠੀ 17.5 ਲੱਖ ਰੁਪਇਆ ਆਊਗਾ, ਰੰਗਲ ਮੰਗ ਹੋ ਜਾਂਗੇ। ਨਾ ਤਾਂ ਕਹਿੰਦੇ ਐਂ ਦੇਖਿਆ ਵੀ 17.5 ਲੱਖ ਤਾਂ ਕੋਠੀ ਤਾਂ ਆਪਾਂ ਮੰਗਦੇ, ਜਿਹੜੇ ਜਿਹੜੇ ਥਾਂ ਆ ਉਹ ਤਾਂ ਕੋਈ ਮੁੱਲ ਹੀ ਨੀ ਪਾਇਆ ਹੈਗਾ। ਉਹ ਤੂੰ ਬੋਲਿਆ ਨੀ ਮੁੱਗਾ, ਉਦੋਂ ਬੋਲਿਆ ਨੀ, ਉਹਨਾਂ ਨੂੰ ਕਹਿਣਾ ਸੀ ਵੀ ਜਿਹੜੇ ਥਾਂ 'ਚ ਇਹ ਪਾਈ ਕੋਠੀ ਆ ਵੀ ਸਾਨੂੰ ਉਸ ਹਿੱਸੇ ਬਹਿੰਦੇ ਦਾ ਥਾਂ ਵੀ ਦਿਓ। ਮੇਰਾ ਸਾਂ ਮੇਰਾ ਦਿਮਾਗ ਖਿਲੇ ਗਿਆ, ਮੈਂ ਅੱਡ ਹੋਈ ਜਾਣਾ ਇੱਥੇ, ਤੂੰ ਬੋਲ ਪੈਂਦੀ, ਮੇਰੇ ਤਾਂ ਹੋਰ ਪੈਂਦੇ ਸੀ, ਮੇਰੀ ਮਾਂ ਮੰਗੂ। ਆਹੋ ਸੋਡੇ ਪੈਂਦੇ ਸੀ ਮਾਂ ਪੁੱਤਾਂ ਦੇ ਹੌਲ, ਹੋਰ ਤਾਂ ਫਿਰ ਪੈਂਦੇ ਸੀ, ਪਰਿਵਾਰ ਨੂੰ ਟੁੱਟਣਾ ਬਹੁਤ ਔਖਾ ਹੋ ਜਾਂਦਾ ਅੱਡ ਹੋਣਾ, ਜਿਹੜਾ ਬੰਦਾ ਕੱਠ 'ਚ ਰਿਹਾ ਹੋਵੇ। ਹੁਣ ਪਾ ਲਾ ਫਿਰ ਤੂੰ ਕੋਠੀ ਪਾਲਾ 'ਚ ਬਾਰੇ, ਉਹ ਤਾਂ ਕਹਿੰਦੀ ਵੀ 17.5 ਲੱਖ ਰੁਪਏ ਬਹੁਤ ਆਪਾਂ ਨੂੰ, ਕੀ ਬਣਾ ਲਿਆ ਤੁਹਾਡਾ, 10 ਲੱਖ ਦਾ ਥਾਂ ਲਿੱਤਾ, ਜਿਹੜੇ ਪੁਰਾਣੇ ਕਮਰੇ ਨੇ, ਆਹ ਪੁਰਾਣੇ ਕਮਰੇ ਉਹੀ ਖੜੇ ਨੂੰ ਮੁੜ ਕੇ ਕਰ ਲਿਆ। ਚੰਗਾ, ਭੂਆ ਆਉਂਦੀ ਹੈ ਉਹਦੇ ਬੈਠੀ ਤੋਂ ਨਾ ਹੀ ਗੱਲ ਕਰ ਦਿਓ, ਕਿਤੇ ਬੇਇੱਜ਼ਤੀ ਕਰਾਉਂਗੇ। ਭੂਆ ਆਉਂਦੀ ਹੈ, ਬਾਕੀ ਰਹਿਣਾ ਪੈ ਗਿਆ ਮਟੈਟਰ, ਸਾਰੇ ਪੈਸੇ ਅਸੀਂ ਇਕੱਠੇ ਹੋ ਗਏ। ਚੱਲ ਚੰਗਾ ਚੁੱਪ ਕਰ ਜਾਓ। ਭੂਆ ਬੀਬੀ ਨਾਲ ਉਹ ਕਹਿੰਦੀ ਰੋਟੀ ਖਾ ਲਾ, ਫਿਰ ਮੈਂ ਕਿਹਾ ਚੱਲ ਹੁਣ ਜਾਣੀ ਆ, ਕਹਿੰਦੀ ਹੁਣ ਤਾਂ ਚੱਲ ਤੜਕੇ ਵਗਦੀ, ਹੁਣ ਆ ਜਾ ਕੇ ਕਾਹਨੂੰ। ਕੁਲਵਿੰਦਰ ਭੂਆ ਦੀ ਦਿਲ ਦੀ ਗੱਲ ਮੈਂ ਦੱਸਦਾ, ਭੂਆ ਸੌਖੇ ਘਰੇ ਆ, ਏਸੀ ਉਸੇ ਲੱਗੇ ਹੋਏ ਨੇ, ਉਧਰ ਵੀ ਆਪਾਂ ਏਸੀ ਛੱਡ ਕੇ ਆਏਗੇ, ਹੁਣ ਆਪਣੇ ਇਧਰ ਪੱਖੇ ਪੁੱਖੇ ਨੇ ਤੇ ਪੈਣੀ ਆ ਭੂਨੇ ਉੱਥੇ। ਚੱਲ ਕੋਈ ਗੱਲ ਨੀ, ਸੁਭਾਅ ਹੁੰਦਾ ਉਹਦੇ ਪੈ ਗਈ ਤਾਂ ਕੀ ਕਹਿੰਦੀ ਆਪਾਂ ਗੱਲਾਂ ਬਾਤਾਂ ਕਰਾਂਗੇ। ਚੱਲ ਕਹਿੰਦੀ ਚੱਲ ਕੋਈ ਨੀ, ਭੂਆ ਕੋਲ ਬਗਾਨਾ ਘਰ ਆ, ਫਿਰ ਹੁਣ ਤਾਂ ਕਰਕੇ ਉੱਥੇ ਪੈ ਗਈ, ਤੇਰੇ ਬਗਾਨੇ ਘਰ ਕੋਈ ਨਹੀਂ ਲੱਗਦੇ ਨੇ, ਇੱਥੇ ਪਈ ਆ ਕਹਿੰਦਾ। ਅੱਛਾ ਹਾਂ, ਚੱਲ ਹੋਰ ਫਿਰ ਕਿਵੇਂ ਸੀ ਤੇਰੇ ਭਤੀਜ ਨੂੰ, ਨਾ ਤੇਰੀ ਭਰਜਾਈ? ਉਹ ਤਾਂ ਬਾਹਲੀ ਤੇਜ਼ ਲੱਗਦੀ ਆ ਭਤੀਜ ਨੂੰ ਤਾਂ। ਅੱਛਾ ਹਾਂ, ਤੇਰੇ ਵਰਗੀ ਨੀ ਹੈਗੀ ਉਹ, ਉਹ ਤਾਂ ਬਾਹਲੀ ਤੇਜ਼ ਹੈਗੀ। ਅੱਛਾ ਚੱਲ ਬੇਬੇ ਕੱਢੂਗੀ ਉਹਦੇ ਵਾਟ। ਅੱਛਾ ਹਾਂ, ਚੱਲ ਬੇਬੇ ਦਾ ਕੀ ਹਾਲ ਆ? ਵਧੀਆ, ਫਿਰ ਵਧੀਆ ਹੈਗੀ, ਹਜੇ ਤਾਂ ਵਧੀਆ ਬੈਠੀ ਆ। ਬੱਗੇ ਦੀ ਬਣ ਕੇ ਬਹਿ ਗਈ। ਹਾਂ, ਉਹਨੇ ਰੱਖਿਆ ਸੀ, ਕਹਿੰਦੀ ਇਕੱਠੇ ਰਹੋ, ਫਿਰ ਇਹ ਕੁਲਵਿੰਦਰ ਉਦੋਂ ਕਹਿੰਦੀ ਪੱਥਰ ਤੇ ਲਿਖੀ ਜਾ ਦੇ, ਇਹ ਵੀ ਹੋ ਕਰੇਗੀ, ਮੈਂ ਤਾਂ ਅੱਡ ਹੋਣਾਗਾ। ਉਹਨੇ ਤਾਂ ਬਥੇਰਾ ਰੱਖਿਆ ਸੀ, ਕਹਿੰਦੀ ਵੀ ਟਕਿਆ ਦੇ, ਪਰ ਗੁੱਸੇ ਭੂਆ ਦੋ ਤਿੰਨ ਵਾਰੀ ਮਿੱਥੋ ਗਿਆ ਵੀ ਪਰ ਰਹਿਣੀ ਨੀ ਹੈਗਾ। ਹਾਂ, ਫਿਰ ਮੈਂ ਕਿਹੜਾ ਚਾਹ ਨੂੰ ਹੋਈ ਸੀ ਭੂਆ, ਹੁਣ ਤੈਨੂੰ ਪਤੀ ਆ ਲੱਸਰ ਪਾੜਨ ਤੇ ਕਿਦਾਂ ਗੱਲ ਪਹੁੰਚ ਗਈ। ਹੈ ਫਿਰ ਉਹ ਇਕੱਠੇ ਰਹਿਣ ਵਾਲਾ ਕੋਈ ਕੰਮ ਰਹਿ ਗਿਆ ਸੀਗਾ? ਨਹੀਂ, ਕੰਮ ਤਾਂ ਨਹੀਂ ਰਹਿਆ ਸੁਰਿੰਦਰੇ, ਤੈਨੂੰ ਆਖਿਆ ਸੀਗਾ ਵੀ ਚੱਲ ਸਮਝਾ ਦਾਨੇ ਆਪਾਂ ਵੀ ਇਕੱਠਿਆਂ ਵਰਗੀ ਰੀਸ ਨੀ ਹੁੰਦੀ ਹੈਗੀ। ਆਹ ਦੇਖ ਲੈ ਹੁਣ ਕੀ ਕਰ ਲਿਆ ਤੁਸੀਂ, ਉਵੇਂ ਜਿਵੇਂ ਕੱਚੇ ਘਰ ਚ ਬੈਠੇ ਹੋਗੇ।
ਕੀ ਬਣਨਾ ਸੀਗਾ, ਕੁਛ ਆਹ 10 ਕੁ ਲੱਖ ਦਾ ਥਾਂ ਥੂ ਲੈ ਲਿਆ, ਅਸੀਂ ਪੁਰਾਣੇ ਕਮਰੇ ਪਾਇਪ ਪਾਏ ਲਏ ਤੇ ਨੇਗੇ, ਤੇ ਕੁਛ 7 ਕੁ ਲੱਖ ਦਾ ਟਰੈਕਟਰ ਲੈ ਲਿਆ, ਪਰ ਖੇਤੀ ਖੁਤੀ ਕਰਦੇ ਸਰਦਾ ਨੀ ਹੈਗਾ। ਉਹੀ ਤਾਂ ਗੱਲ ਆ ਗਈ, ਫਿਰ ਹੁਣ ਪੈਸੇ ਦਾ ਬਣਦਾ ਵੀ ਕੀ ਆ, 17.5 ਲੱਖ ਦਾ ਕੀ ਬਣਦਾ, ਕੀ ਬਣਦਾ ਹੀ ਲੱਗ ਗਿਆ। ਐਂ ਤਾਂ ਆਖਿਓ ਨਾ ਭੂਆ ਜੀ, ਹੁਣ ਮੇਰੇ ਘਰੇ ਆਏ ਨੂੰ ਆਹ ਗੱਲ ਕਰਦੇ ਹੋ, ਉਦੋਂ ਤੁਸੀਂ ਵੀ ਨੀ ਕੋਈ ਸਾਡੇ ਪੱਖ ਦੀ ਗੱਲ ਕਰੀ ਭੂਆ ਜੀ, ਤੁਸੀਂ ਕਹਿਣਾ ਤਾਂ ਹੈਗਾ ਸੀ ਵੀ ਭਾਈ ਇਹਨਾਂ ਨੂੰ ਥਾਂ ਵੀ ਦਿਓ, ਕੋਈ ਹਿੱਸੇ ਬਹਿੰਦਾ ਨਹੀਂ ਲੈ ਕੇ ਦੇ ਦੋ, ਕੱਲੀ ਕੋਠੀ ਕੋਠੀ ਦਾ ਕੁਲਵਿੰਦਰ, ਉਦੋਂ ਤਾਂ ਤੁਸੀਂ ਵੀ ਨਿਯਮ ਕਰਿਆ ਹੈਗਾ, ਮੈਂ ਕੀ ਕਹਾਂ, ਅਗਲਾ ਕਹੂੰਗਾ ਫਿਰ ਇਹਨਾਂ ਦੀ ਮੇਰ ਕਰਾਉਂਦੀ ਆ। ਕੁਲਵਿੰਦਰ ਭੂਆ ਨੂੰ ਦੋਸਤ ਲਾਉਂਦੇ, ਰਿਸ਼ਤੇਦਾਰ ਵਿਚਾਰ ਲਾ ਬੰਦਾ ਫਸ ਜਾਂਦਾ, ਨਾ ਕੁਛ ਉਹਨੂੰ ਕਹਿ ਸਕਦਾ ਨਾ ਉਹਨੂੰ ਕਹਿ ਸਕਦਾ, ਭੂਆ ਤਾਂ ਬੇਚਾਰੇ ਮਿਲ ਤੇਰੇ ਗੱਲ ਜਾਂਦਾ, ਭੂਆ ਤਾਂ ਮਿਲਣ ਆਈ ਸੀਗੀ ਅੱਡ ਕੋਲ, ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਕਿਹਾ ਕੁਛ ਹੋਰ ਪਿਆ ਗਾ, ਉਹ ਤਾਂ ਬੇਚਾਰੀ ਸ਼ਰਮਿੰਦਾ ਹੋ ਗਈ, ਆ ਗਈ ਕਹਿੰਦੀ ਨਹੀਂ ਮੈਂ ਫੋਨ ਕਰਕੇ ਸਾਦੀ ਸੀ, ਭੂਆ ਤਾਂ ਸ਼ਰਮਿੰਦਾ ਹੋ ਗਈ ਆ ਕੇ ਵੀ ਆ ਕੀ ਹੋ ਗਿਆ। ਉਹ ਤਾਂ ਗਈ ਫਿਰ ਉਹੀ ਗੱਲ ਆ, ਸਾਰੇ ਸਿਆਣੇ ਸੀਗੇ ਉਹਨਾਂ ਨੇ ਚੁੱਪ ਕਰਨੀ ਸੀ, ਕਿਉਂ ਉਹਨਾਂ ਨੂੰ ਤਾਂ ਬੜੇ ਸਦੇ ਸਰ ਗਿਆ ਥਾਂ ਦਾ, ਤੇ ਇਹ ਤਾਂ ਬੋਲਣਾ ਤਾਂ ਆਪਾਂ ਹੀ ਸੀਗਾ। ਬੱਗੇ ਨੇ ਭੂਆ ਦੇ ਹੁੰਦੀ ਬੇ ਡਾਂਗ ਮਾਰੀ ਸੀ, ਕੋਲ ਉੱਠ ਕੇ ਗਿਆ ਸੀ, ਟੈਨਸ਼ਨ ਪਈ ਭੂਆ ਨੂੰ ਵੀ ਆ ਕੀ ਹੋ ਗਿਆ। ਮੈਂ ਤਾਂ ਹੋ ਗਿਆ, ਮੈਂ ਹਾਂ ਕੀ ਹੋ ਗਿਆ, ਤਾਂ ਚੰਗੇ ਪਹਿਲੇ ਬੈਠਾ ਸੀਗਾ, ਮੈਂ ਉੱਠ ਕੇ ਮੈਂ ਜਾ ਕੇ ਉਹਦੇ ਡਾਂਗ ਮਾਰੀ, ਮੈਨੂੰ ਤਾਂ ਹੀ ਨੀ ਸੀ ਪਤਾ ਵੀ ਇਹ ਲੜੇ ਹੋਏ ਨੇ, ਕਹਿੰਦਾ ਤਰਬੀਬੀ ਨੇ ਦੱਸਿਆ ਵੀ ਲੜਕੇ ਹਟੇ ਨੇ। ਉਹ ਤਾਂ ਚੱਲ ਠੀਕ ਆ ਭੂਆ ਜੀ, ਹੁੰਦਾ ਦੁੱਖ ਭੂਆ ਨੂੰ ਬਹੁਤ ਹੁੰਦਾ ਜੀ, ਦੇ ਭਤੀਜੇ ਵੀ ਜਿਵੇਂ ਡੰਗ ਸੋਤੀ ਹੋ ਜਾਵੇ, ਹੋਰ ਐ ਤਾਂ ਤੁਹਾਡੀ ਗੱਲ ਮੰਨਣ ਵਾਲੀ ਹੈ ਇਹ, ਤੇ ਚੱਲ ਆਪਾਂ ਤਾਂ ਹੋਰ ਹੀ ਗੱਲਾਂ ਚ ਪੈ ਗਏ, ਚਾਹ ਬਣਾ ਕੇ ਲਿਆਉਣੀ ਭੂਆ ਜੀ। ਨਾ ਚਾਹ ਨੀ ਕੁਲਵਿੰਦਰ ਪੀਣੀ ਹੈਗੀ, ਕਿਉਂ ਕੀ ਗੱਲ, ਨਾ ਮੈਂ ਨਾ ਦੁੱਧ ਪੀਨੀ ਆ ਨਾ ਚਾਹ ਪੀਨੀ ਆ, ਫਿਰ ਤਾਂ ਤੇਜ਼ਾਬ ਬਣਦਾ, ਇੱਕ ਪਾਥਰੀਆਂ ਦਾ ਦਰਦ ਉੱਠ ਰਿਹਾ, ਹਾਂ ਬੁਆ ਇਹ ਔਖਾ ਹੈ, ਉਹਦੇ ਕਰਕੇ ਮੈਂ ਤਾਂ ਕੁਛ ਨਹੀਂ ਖਾਂਦੀ ਪੀਂਦੀ, ਖਾਣਾ ਪੀਣਾ ਘਟਾ ਆਉਂਦਾ ਡਾਕਟਰ, ਹੋਰ ਹੋਰ ਉਹਦੇ ਕਰਕੇ ਉਹ ਗੱਲਾਂ ਹੀ ਕਰ ਲਾ ਮੈਂ ਨਾ ਤਾਂ ਚਾਰ, ਹੋਰ ਚੱਲ ਕੋਈ ਨਾ, ਹੋਰ ਉੱਥੇ ਸੁਣਾ ਪਿੰਡ ਤਾਂ ਠੀਕ, ਸਾਰੇ ਠੀਕ ਠਾਕ ਨੇ, ਤੂੰ ਦੱਸ ਸਾਰੇ ਜਵਾਕ ਜੱਲੇ ਠੀਕ ਨੇ? ਹਾਂ ਠੀਕ ਨੇ ਜਵਾਕ, ਵਧੀਆ, ਖੇਡਣ ਵਗ ਗਿਆ ਹੁਣੀ, ਸਾਡੇ ਮੂਹਰੇ ਮੂਹਰੇ ਗਏ ਨੇ। ਅੱਛਾ ਹਾਂ ਬੈਠੇ ਬੈਠੇ, ਚੱਲ ਸਾਰਾ ਦਿਨ ਸਕੂਲ ਚ ਵੀ ਬੰਨੇ ਰਹਿੰਦੇ ਨੇ ਜਵਾਕ, ਜਿੱਦਾਂ ਛੁੱਟੀ ਹੁੰਦੀ ਉਹਨਾਂ ਨੂੰ ਤਾਂ ਖੇਡਣ ਦਾ ਹੀ ਇਲਾਜ ਚੱਲਦਾ, ਹੋਰ ਹੁਣ ਪੇਪਰ ਜੇ ਦੇ ਕੇ ਹਟੇ ਸੀ ਭੂਆ ਜੀ, ਹੁਣ ਉਹਨਾਂ ਨੂੰ ਛੁੱਟੀਆਂ ਹੋ ਗਈਆਂ, ਹਾਂ ਹਾਂ ਵੀ ਚੱਲ ਖੇਡ ਲਾਂਦੇ ਨੇ ਜਵਾਕ, ਆ ਗਏ ਮਨੂ ਹੋਰ ਵੀ ਆ ਗਏ, ਆ ਦੇਖ ਲਾ ਲਖਾਈਂਦੇ ਤੁਰੇ ਆਉਂਦੇ ਨੇ, ਸੱਚੀ ਜਮੀ ਨਹੀਂ ਉਹ ਕਰਦੇ ਹੈਗੇ, ਇੱਕੋ ਜੇ ਨੇ, ਓਹੋ ਖੇਤ ਲੈ ਕੇ ਗਿਆ ਸੀ ਪਾਣੀ ਵਾਲੀ, ਤੇ ਮੇਰੀ ਲਾਹ ਕਮਾਲ ਦੀ ਗੱਲ ਆ ਯਾਰ, ਮੈਨੂੰ ਗੁੱਸੇ ਨੀ ਕਿਉਂ ਕਰਦੇ, ਪਾਣੀ ਦੇ ਲੈ ਕੇ ਰਾਤ ਮੈਂ ਤਾਂ ਆ ਕੇ ਮੈਂ ਇੱਥੇ ਧਰਤੀ, ਪਤਾ ਨੀ ਕਿਧਰੋਂ ਨਿਗਾਹ ਪੈ ਗਈ, ਐ ਲੜਦੇ ਹੁੰਦੇ ਨੇ ਜਵਾਕਾਂ ਦਾ ਜਿਹੜਾ ਹੋਣ ਦਾ ਕਦੇ ਗੁੱਸਾ ਗੱਲਾਂ, ਪੜ੍ਹਦਾ ਵੀ ਘੱਟ ਉਹ, ਸ਼ਰਾਰਤਿਆ ਬਾਲੇ ਕਰਦਾ, ਤਾਂ ਚੱਕ ਕੇ ਸੁਰਚੀ ਧਰਤੀ ਅੰਦਰ ਐ ਕਰਦੇ ਹੁੰਦੇ, ਹਜੇ ਤਾਂ ਕੋਲੇ ਸੀ ਲੈ ਨਾ ਜਾਣੀ ਪਰ ਮੂੰਹ ਹੁੰਦਾ ਨਿਗਾ ਪਾਈ ਜਾਂਦੀ, ਅੱਗੇ ਤਾਂ ਜਵਾਕਾਂ ਨੂੰ ਮਾਂ ਪਿਓ ਜਿੱਥੇ ਬਹਾ ਦਿੰਦਾ ਉੱਥੇ ਬੈਠੇ ਰਹਿੰਦੇ।
ਡਰ ਲੱਗਦਾ ਕਲ ਜੁਗ ਹੈ। ਚੱਲ ਬਸ ਬਸ ਕੋਈ ਨੀ ਘਬਰਾ ਨਾ, ਉਹ ਪਾਣੀ ਪੀ ਲੈ ਬਹਿ ਜਾ ਪੁੱਤ ਬਹਿ ਜਾ। ਨਿਆਣੇ ਯਾਰ ਕਿਉਂ ਤੂੰ ਬੋਲਾ, ਤੇਰਾ ਵੱਡਾ ਭਾਈ ਆ ਉਹ, ਸਮਝਿਆ ਨੀ ਗੱਲ ਤੂੰ ਮੈਥੋ ਖਾਏਗਾ ਛਿੱਤਰ ਕਾਂਵਲਾ। ਐ ਕਰ, ਉਹ ਤਾਂ ਬੋਲ ਹੈਗਾ, ਤੂੰ ਸਿਆਣਾ ਹੈਗਾ। ਹੋਰ ਹੁਣ ਉਹਦਾ ਹੁਣ ਉੱਥੇ ਬਹਿ ਜਾ, ਉੱਥੇ ਬਹਿ ਜਾ ਸਾਹਮਣੇ। ਉਹ ਲੈ ਦੇਖ ਲਾ ਭੂਆ, ਭੋਰਾ ਭੋਰਾ ਨੀ, ਪਹਿਲਾਂ ਤਾਂ ਉਹਦੀ ਦੇਖ ਲਾ ਗੜਾਸੀ ਚੱਕ ਲਈ। ਹਾਏ ਹਾਏ ਬੂ, ਹੁਣ ਉਹ ਲੜਦੇ ਨੇ ਦੇਖ ਲਾ, ਕਿਵੇਂ ਮਸਾਂ ਹਟਾਏ ਨੇ ਬਿੰਦਰ ਨੇ। ਮੇਰੇ ਤਾਂ ਕਾਲਜ ਪਾਟਣ ਵਾਲਾ ਹੋ ਗਿਆ, ਬੂਮਾ ਮਰ ਜਾ, ਵੱਡੇ ਹੋਣਗੇ ਖੜਾ ਕੀ ਕੁਛ ਕਰਨਗੇ। ਮੈਂ ਤਾਂ ਆਪ ਹੀ ਕਹਿੰਦੀ ਆ ਵੀ ਅਸੀਂ ਤਾਂ ਮੜੇ ਮੜੇ ਨੇ ਗੇ। ਹੋਰ ਮੈਂ ਤਾਂ ਜਾਣ ਜਾਣੀਏ ਘਰੇ ਨਾ ਹੁੰਦੇ ਸਰ ਪਾੜਦਾ ਦਾ ਮਾਰ ਜਾਂਦੇ। ਹੋਰ ਆਏ, ਮੈਂ ਤਾਂ ਕਾਲਜ ਪਾਟ ਗਿਆ। ਕੀ ਹੋ ਗਿਆ ਕੁਲਵਿੰਦਰ, ਐ ਖੜੀ ਆ ਬਲਜੀਤ, ਕੀ ਹੋ ਗਿਆ ਕੁਲਵਿੰਦਰ? ਆ ਕੇ ਲੜਦੇ ਸੀਗੇ। ਅੱਛਾ, ਉਹਨੇ ਅਰਸ਼ੂ ਨੇ ਉਹਦੇ ਦੂਜੇ ਦੇ ਕਰਨ ਦੇ ਮਾਰੀ ਡਾਂਗ ਮਾਰਦਾ ਸੀਗਾ ਸਿਰ। ਬੂਮਾ ਮਰਚਾ ਡਾਂਗ ਮਾਰਦਾ ਕੀ? ਹੋਰ ਨਾ ਕੁਲਪੇ ਬੇਬੇ ਬਾਈ ਹੈ ਟੁੱਟੇ ਹੋ ਗਏ, ਮਸਾ ਛੜਾਏ ਵੀ ਟੁੱਟੇ ਹੋ ਰਹੇ। ਅੱਛਾ, ਤਾਂ ਜਦੋਂ ਦਿਲ ਡੁੱਬ ਜਾਂਦਾ ਹੈ ਉਦੋਂ ਦਾ ਐ ਆਪਾਂ ਜਾਨ ਨਿਕਲ ਜਾਂਦੀ ਹੈ। ਦੇਖ ਲੈ ਫਿਰ ਕੁਲਵਿੰਦਰ, ਤੂੰ ਉਦੋਂ ਮੈਨੂੰ ਕਹਿੰਦੀ ਤੇ ਚੱਚਰ ਕਰਦੀਆਂ, ਦੋ ਪੁੱਤਾਂ ਦਾ ਐ ਹੁੰਦਾ ਹੈ। ਜੇ ਹੁਣ ਆਪਾਂ ਇੱਕ ਨੂੰ ਉਹ ਕਰਾਂਗੇ, ਦੂਜੇ ਕਰਨੀ ਮਾਂ ਦਾ ਕਾਲਜ ਪਾਟਦਾ ਹੈ ਵੀ ਇਹ ਹੁਣੀ ਲੱਗ ਪਏ। ਉਹ ਤਾਂ ਏਡੇ ਏਡੇ ਹੋ ਗਏ ਸੀਗੇ, ਇਹ ਤਾਂ ਨਿੱਕੇ ਨਿੱਕੇ ਹੀ ਉਹਨੇ ਅਜਾ ਕਰ ਜੂਗਾ, ਗਾਹਾਂ ਦੇਖੀ ਕੀ ਬਣੂਗੀ। ਹੋਰ ਬੇਬੇ, ਗੱਲ ਤਾਂ ਸੱਚੀ ਹੈ, ਮੈਂ ਤਾਂ ਤੇਰੀ ਇਹ ਮਾਂ ਮੰਮ ਤਾਂ ਸਮਝੂ ਹੀ ਨਹੀਂ ਹੈਗੀ। ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਜਦੋਂ ਦੋ ਪੁੱਤਾਂ ਦੇ ਪਾਠਕ ਪੈਂਦੇ ਨੇ ਮਾਂ ਦੇ ਦਿਲ ਆਈ ਡੁੱਬਦੇ ਨੇ ਗੇ। ਮੇਰਾ ਦਿਲ ਆਈ ਡੁੱਬਦਾ ਸੀ ਪੁੱਤਰ ਨੇ, ਹਾਂ ਜਿਵੇਂ ਖੱਦਰ ਪਾਠ ਤਾਂ ਕਾਲ ਜਾ ਫਟਿਆ ਸੀ। ਹਾਂ, ਮੈਂ ਤਾਂ ਬੇਬੇ ਤੈਨੂੰ ਆਈ ਕਹਿੰਦੀ ਸੀ ਵੀ ਤੈਨੂੰ ਜਾਣ ਕੇ ਚੱਚਰੀ ਕਰਦੀ ਹੈ ਤੂੰ, ਤੇ ਮੈਂ ਤੇਰੇ ਬਥੇਰਾ ਹੱਥ ਬੰਨੇ ਵੀ ਤੂੰ ਦੇਖੀ ਨਾ ਮੇਰੇ ਨਾਲ ਹੀ ਰਹਿ, ਪੁੱਤ ਮੇਰੇ ਨਾਲ ਹੀ ਰਹਿ, ਤੈਂ ਮੇਰੀ ਇੱਕ ਨਾ ਸੁਣੀ। ਹੋਰ ਬੇਬੇ, ਮੈਂ ਤੇਰਾ ਦੁੱਖ ਸਮਝੀ ਨੀ ਵੀ ਤੇਰੇ ਕਾਲਜ ਨੂੰ ਕਿੰਨਾ ਕੁ ਦੁੱਖ ਹੁੰਦਾ ਜਦੋਂ ਦੋ ਪੁੱਤ ਪਾੜਦੇ ਨੇ ਆਪਸ ਵਿੱਚ। ਚੱਲ ਕੋਈ ਨਾ ਬੇਬੇ, ਹੁਣ ਮੈਨੂੰ ਮਾਫ਼ ਕਰ ਦੇ ਜਿਹੜੀ ਗਲਤੀ ਮੇਥੋਂ ਹੋ ਗਈ। ਚੱਲ ਮਾਫ਼ ਤਾਂ ਕੋਈ ਗੱਲ ਨੀ, ਤੇ ਮੈਂ ਮਾਫ਼ੀ ਨਹੀਂ ਮੰਗ ਰਿਹਾ ਆਉਂਦੀਆਂ ਮਾਵਾਂ ਤੋਂ, ਮੈਂ ਤਾਂ ਧੀ ਬਣਾਇਆ ਸੀ ਤੈਨੂੰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ, ਸਲਾਮ ਅਲੈਕਮ, ਖੁਦਾ ਹਾਫਿਜ਼। ਆਪਣਾ ਚੈਨਲ ਹੈ ਜੀ ਪਿੰਡੂ ਲੋਕ ਟੀਵੀ 31, ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਨਾ ਜੀ। ਜਿਹੜੇ ਮੇਰੇ ਵੀਰ ਭਰਾ ਨਵੇਂ ਚੈਨਲ ਤੇ ਜੁੜੇ ਆ, ਚੈਨਲ ਸਬਸਕ੍ਰਾਈਬ ਕਰਨਾ ਜੀ। ਹੁਣ ਆਈ ਕਮੈਂਟਾਂ ਦੀ ਵਾਰੀ। ਬਲਜੀਤ ਕੌਰ, ਕ੍ਰਿਸ਼ਨ ਸਿੰਘ, ਗੁਰਮਹਿਕ ਕੌਰ ਬੱਪੀਆਣਾ, ਤੇਜਿੰਦਰ ਸਿੰਘ ਬੱਪੀਆਣਾ, ਗੁਰਮੁਖ ਸਿੰਘ ਬਰਾੜ, ਸੁਖਵਿੰਦਰ ਬੱਪੀਆਣਾ, ਸੁਖਦੀਪ, ਪੇਂਡੂ ਵਿਰਸਾ, ਬੌਬੀ ਬਰਾੜ, ਬਲਬੀਰ ਸਿੰਘ, ਪੇਂਡੂ ਵਿਰਸਾ, ਕਿਰਨਦੀਪ ਕੌਰ, ਸੁਨੀਤਾ। ਲੱਖ ਲੱਖ ਧੰਨਵਾਦ ਜੀ ਇਹਨਾਂ ਨੇ ਸਾਨੂੰ ਕਮੈਂਟ ਕੀਤੇ। ਸਤਿ ਸ਼੍ਰੀ ਅਕਾਲ।